ਰੱਬ ਕਰੇ ਕਿ ਪੰਜਾਬ ਨੂੰ ਕੋਈ ਨਵਾਂ ਰਾਹ ਮਿਲ ਜਾਵੇ। ਜੀ ਹਾਂ, ਰੱਬ ਕਰੇ ਕਿ ਪੰਜਾਬ ਨੂੰ ਕੋਈ ਨਵਾਂ ਰਾਹ ਮਿਲ ਜਾਵੇ, ਮਹਿੰਗਾਈ ਦੇ ਮਾਰੇ ਹੋਏ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਜਾਵੇ, ਮੁਲਾਜ਼ਮ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਤਨਖਾਹ ਮਿਲ ਜਾਵੇ, ਅਤੇ ਜਿਹੜੇ ਜ਼ਰੂਰਤਮੰਦ ਅਤੇ ਬਿਮਾਰ ਲੋਕ ਨੇ ਉਹਨਾਂ ਨੂੰ ਟਾਈਮ ਸਿਰ ਦਵਾ ਮਿਲ ਜਾਵੇ। ਮੈਂ ਤਾਂ ਮੁੱਖ ਦੀ ਗੱਲ ਇਹੀ ਕਹਿੰਦਾ ਜੀ, ਪੰਜਾਬ ਦੀ ਡੁੱਬਦੀ ਬੇੜੀ ਨੂੰ ਕੋਈ ਚੱਜ ਦਾ ਮਲਾਹ ਮਿਲ ਜਾਵੇ, ਪੰਜਾਬ ਦੀ ਡੁੱਬਦੀ ਬੇੜੀ ਨੂੰ ਕੋਈ ਚੱਜ ਦਾ ਮਲਾਹ ਮਿਲ ਜਾਵੇ। ਹਾਜ਼ਰਾਂ ਜੀ, ਮੈਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਅਤੇ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਹੁਣੇ ਹੁਣੇ ਮੈਂ ਸੁੱਖਾ ਜੀ ਸਾਡੇ ਸਟੂਡੀਓ ਦੇ ਵਿੱਚ ਹੈਗੇ ਨੇ, ਕਿਤੇ ਵੀ ਠੰਡ ਲੱਗੀ ਹੈ, ਨਿਊਯਾਰਕ ਦੇ ਵਿੱਚ ਠੰਡ ਬਹੁਤ ਆ, ਮੈਂ ਉਹਨੂੰ ਸਮਝਾ ਕੇ ਹਟਿਆ ਭਾਈ ਧਿਆਨ ਨਾਲ ਰਹੋ ਇਹੋ ਜਿਹੇ ਮੌਸਮ ਦੇ ਵਿੱਚ। ਇਹੋ ਜਿਹੇ ਮੌਸਮ ਦੇ ਵਿੱਚ ਅੱਥਰੂ ਪੂੰਝਣ ਵਾਲੇ ਤਾਂ ਬਹੁਤ ਮਿਲ ਜਾਂਦੇ, ਨੱਕ ਪੂੰਝਣ ਵਾਲਾ ਕੋਈ ਨਹੀਂ ਮਿਲਦਾ। ਸੋ ਧਿਆਨ ਰੱਖੋ। ਉਸ ਤੋਂ ਬਾਅਦ ਅਗਰ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਕਹਿੰਦੇ ਵੀ ਪਿਛਲੇ 46 ਸਾਲਾਂ ਦਾ ਰਿਕਾਰਡ, 46 ਸਾਲਾਂ ਦਾ ਰਿਕਾਰਡ ਜਿਹੜਾ ਉਹ ਠੰਡ ਨੇ ਤੋੜ ਦਿੱਤਾ। ਪੰਜਾਬ ਦੀ ਇਹ ਗੱਲ ਨਹੀਂ ਸਮਝ ਆਉਂਦੀ ਜੀ, ਨਿਆਣੇ ਘਰ ਦੇ ਭਾਂਡੇ ਤੋੜੀ ਜਾਂਦੇ ਆ, ਮੁੰਡੇ ਕੁੜੀਆਂ ਇੱਕ ਦੂਜੇ ਦਿਲ ਤੋੜੀ ਜਾਂਦੇ ਆ, ਲੀਡਰ ਜਿਹੜੇ ਉਹ ਪਾਰਟੀਆਂ ਤੋੜੀ ਜਾਂਦੇ ਆ, ਠੰਡ ਜਿਹੜੀ ਉਹ ਰਿਕਾਰਡ ਹੀ ਤੋੜੀ ਜਾਂਦੀ ਹੈ ਜੀ। ਚੱਲ ਨਹੀਂ ਕੀ, ਚਲੋ ਹਰ ਬੰਦਾ ਕੁਛ ਨਾ ਕੁਛ ਤੋੜ ਰਿਹਾ, ਚੰਗੀ ਗੱਲ ਹੈ। ਬਾਕੀ ਪੰਜਾਬ ਦੀ ਕਾਫੀ ਰੌਲਾ ਰੱਪਾ ਲੋਕਾਂ ਦੇ ਧਿਆਨ ਜਿਹੜੇ ਹੈਗੇ ਨੇ ਪੂਰੇ ਰਾਜਨੀਤੀ ਉੱਪਰ ਕੇਂਦਰਿਤ ਨੇ। 19 ਤਰੀਕ ਨੂੰ ਕੱਲ੍ਹ ਨੂੰ ਮੇਰੇ ਖਿਆਲ ਰੱਖੀ ਹੋਈ ਉਹਨਾਂ ਨੇ ਕੋਈ ਰੈਲੀ ਅਕਾਲੀ ਦਲ ਨੇ ਪਟਿਆਲੇ ਦੇ ਵਿੱਚ, ਸੁਖਬੀਰ ਬਾਦਲ ਸਾਹਿਬ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਰੱਖੀ ਆ। ਉਹਦੇ 'ਚ ਪਰਮਿੰਦਰ ਢੀਂਡਸਾ ਦੀ ਵੇਟ ਹੋ ਰਹੀ ਹੈ ਵੀ ਆਊਗਾ ਕਿ ਨਹੀਂ ਆਊਗਾ, ਆਊਗਾ ਕਿ ਨਹੀਂ ਆਊਗਾ। ਉਹ ਨਿੱਕੇ ਹੁੰਦੇ ਡੱਕੇ ਨਹੀਂ ਤੋੜ ਕੇ ਸੁੱਟਦੇ ਹੁੰਦੇ ਸੀਗੇ, ਮੈਨੂੰ ਲੱਗਦਾ ਅਕਾਲੀ ਦਲ ਵਾਲੇ ਵੀ ਇਹ ਡੱਕੇ ਤੋੜ ਤੋੜ ਸੁੱਟ ਰਹੇ, ਪਰਮਿੰਦਰ ਢੀਂਡਸਾ ਆਊਗਾ ਨਹੀਂ ਆਊਗਾ, ਆਊਗਾ ਨਹੀਂ ਆਊਗਾ। ਤਾਂ ਹੁਣ ਆਊਗਾ ਕਿ ਨਹੀਂ ਆਊਗਾ ਉਹ ਕੱਲ੍ਹ ਨੂੰ ਪਤਾ ਲੱਗੂਗਾ, ਵੀ ਉਹ ਸੁਖਬੀਰ ਬਾਦਲ ਦੀ ਰੈਲੀ ਵਿੱਚ ਆਊਗਾ ਜਾਂ ਫਿਰ ਆਪਣੇ ਭਾਪੇ ਨਾਲ ਜਾਊਗਾ। ਭਾਪੇ ਨਾਲ ਮਤਲਬ ਢੀਂਡਸਾ ਸਾਹਿਬ ਦੀ ਗੱਲ ਮੰਨ ਕੇ ਉੱਥੇ ਨਹੀਂ ਜਾਊਗਾ। ਚਲੋ ਖੈਰ, ਗੱਲਾਂ ਬਾਤਾਂ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ, ਔਰ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰ ਲੈਂਦੇ ਜੀ ਆਪਾਂ। ਹੋਰ ਕਿਹੜੀ ਗੱਲ ਹੈ ਬਾਕੀ? ਅੱਜ ਹੁੰਦਾ ਜੀ ਜਿਹੜਾ ਆਪਣਾ ਮੇਲਬੋਕਸ ਸੁਨੇਹੇ ਸੱਜਣਾਂ ਦੇ, ਸੁਨੇਹਿਆਂ ਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਮਾੜੀ ਮੋਟੀ ਜਿਹਦੇ ਵੀ ਹਾਸਾ ਨਿਕਲੇ ਗੱਲਾਂ ਬਾਤਾਂ ਦੇ ਵਿੱਚੋਂ, ਅਤੇ ਉਹ ਲੈ ਕੇ ਅੱਜ ਹਾਜ਼ਰ ਹਾਂ ਜੀ। ਪਹਿਲਾ ਸਵਾਲ ਪੜ੍ਹ ਲੈਂਦੇ ਫਟਾਫਟ। ਰਜਿੰਦਰ ਸਿੰਘ ਜੀ ਪੈਨਸਲਵੇਨੀਆ ਤੋਂ ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਰਾਤੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕਰ ਰਹੇ ਸੀ। ਬਿਲਕੁਲ ਕਰ ਰਹੇ ਸੀਗੇ ਜੀ, ਪਰ ਸਹੀ ਮਾਇਨਿਆਂ ਦੇ ਵਿੱਚ ਇੱਕ ਬੰਦੇ ਦੀ ਪਛਾਣ ਕਿੱਥੋਂ ਹੁੰਦੀ ਹੈ ਇਹ ਉਹਦੀਆਂ, ਹੁਣ ਮੇਰੇ ਕੋਲ ਬਹੁਤ ਇਹਦੀਆਂ ਉਦਾਹਰਨਾਂ ਹੈਗੀਆਂ ਵੀ ਕਿਹਦੀ ਪਛਾਣ ਕਿੱਥੋਂ ਹੁੰਦੀ ਹੈ। ਇੱਕ ਛੋਟੀ ਜਿਹੀ ਮੈਂ ਦੱਸ ਦਿੰਦਾ, ਵੈਸੇ ਤਾਂ ਮੈਂ ਪਹਿਲਾਂ ਦੱਸੀਆਂ ਵੀ ਹੈ। ਆਮ ਪੰਜਾਬੀਆਂ ਦੀ ਗੱਲ ਕਰ ਲਓ ਜਾਂ ਕਿਤੇ ਉਹਦੀ ਗੱਲ ਕਰ ਲਓ, ਪੰਜਾਬੀ ਤਾਂ ਦੂਰੋਂ ਪਛਾਣੇ ਜਾਂਦੇ, ਇਹ 'ਚ ਕੋਈ ਸ਼ੱਕ ਨਹੀਂ, ਦਸਤਾਰ ਤੋਂ ਪਛਾਣੇ ਜਾਂਦੇ ਨੇ ਵੀ ਪੰਜਾਬੀ ਹੈਗੇ ਨੇ। ਦੂਜਾ ਇਹ ਹੈ ਜੇ ਪੰਜਾਬ ਦੀ ਗੱਲ ਕਰੀਏ ਜਾਂ ਉੱਧਰ ਆਪਾਂ ਭਾਰਤ ਦੀ ਗੱਲ ਕਰੀਏ, ਤਾਂ ਉੱਥੇ ਇਹ ਹੈ ਵੀ ਜੇ ਦੋ ਬੰਦੇ ਲੜਦੇ ਆ, ਲੜ ਰਹੇ ਨੇ ਗਲੀ 'ਚ ਦੋ ਬੰਦੇ ਕਿਤੇ ਸੜਕ 'ਤੇ ਖੜੇ, ਤੀਜਾ ਬੰਦਾ ਆਉਂਦਾ, ਉਹ ਆ ਕੇ ਐਂ ਦੇਖੀ ਜਾਂਦਾ, ਉਹਨਾਂ ਨੂੰ ਦੇਖੀ ਜਾਂਦਾ ਦੇਖ ਕੇ ਚੱਲ ਜਾਂਦਾ, ਕੁਛ ਨਹੀਂ ਕਹਿੰਦਾ ਵੀ ਤੁਸੀਂ ਨਾ ਲੜੋ ਭਾਈ ਜਾਂ ਚੁੱਪ ਕਰ ਜਾਓ, ਉਹ ਚਲੇ ਜਾਂਦਾ। ਇਹ ਮਤਲਬ ਉਹ ਮੁੰਬਈ ਦਾ ਰਹਿਣ ਵਾਲਾ, ਮੁੰਬਈ ਦੇ ਵਿੱਚ ਲੋਕਾਂ ਨੂੰ ਬਾਹਲਾ ਕਿਸੇ ਦਾ ਕੋਈ ਬਾਹਲਾ ਫਰਕ ਨਹੀਂ ਹੈਗਾ। ਹੋਰ ਅੱਗੇ ਆ, ਜੋ ਦੋ ਬੰਦੇ ਲੜਦੇ ਨੇ, ਤੀਜਾ ਆਉਂਦਾ ਉਹਨਾਂ ਨੂੰ ਛਡਾਉਂਦਾ, ਉਹ ਤੀਜਾ ਜੋ ਛਡਾਉਂਦਾ, ਦੋਨੇ ਜਣੇ ਲੜਨਾ ਬੰਦ ਕਰਕੇ ਤੀਜੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਉਹ ਹੈਗੇ ਨੇ ਦਿੱਲੀ ਵਾਲੇ। ਉਦੋਂ ਅੱਗੇ ਲੜਦੇ ਨੇ ਦੋ ਬੰਦੇ, ਤੀਜਾ ਬੰਦਾ ਆਉਂਦਾ, ਉਹ ਆ ਕੇ ਦੋਹਾਂ ਦੇ ਵਿੱਚ ਲੜਾਈ ਬੰਦ ਕਰਨ ਦਾ ਸੌਫਟਵੇਅਰ ਪਾ ਦਿੰਦਾ, ਲੜਾਈ ਫਿਰ ਵੀ ਬੰਦ ਨਹੀਂ ਹੁੰਦੀ। ਇਹਦਾ ਮਤਲਬ ਉਹ ਬੰਗਲੌਰ ਦਾ ਆਈ ਟੀ ਕੀਤੀ ਹੋਈ ਉਹਨੇ। ਦੋ ਬੰਦੇ ਲੜਦੇ ਨੇ, ਤੀਜਾ ਆਉਂਦਾ, ਬੀਰਾਂ ਲਿਆਉਂਦਾ, ਸਮਝੌਤਾ ਕਰਾਉਂਦਾ, ਬੀਰਾਂ ਪੀਣ ਲੱਗ ਪੈਂਦੇ, ਤਿੰਨੇ ਬੀਰਾਂ ਪੀਣ ਲੱਗ ਪੈਂਦੇ ਨੇ, ਬੀਰਾਂ ਪੀ ਕੇ ਤਿੰਨੇ ਫੇ ਗਾਲੀ ਗਲੋਚ ਹੁੰਦੇ ਨੇ। ਗਾਲੀ ਗਲੋਚ ਹੋਣ ਤੋਂ ਬਾਅਦ ਥੋੜ੍ਹੀ ਦੇਰ ਫੇ ਦੋਸਤ ਬਣ ਜਾਂਦੇ ਨੇ, ਫਿਰ ਘਰੋਂ ਘਰੀ ਚੱਲ ਜਾਂਦੇ ਨੇ। ਇਹਦਾ ਮਤਲਬ ਇਹ ਗੋਆ ਦੇ ਵਿੱਚ ਲੜਾਈ ਹੋ ਰਹੀ ਆ। ਦੋ ਬੰਦੇ ਲੜਦੇ ਨੇ, ਲੜਦੇ ਲੜਦੇ ਰੁਕ ਜਾਂਦੇ ਨੇ, ਆਪੋ ਆਪਣਾ ਟਾਈਮ ਲੈਂਦੇ ਆ, ਆਪੋ ਆਪਣਾ ਫੋਨ ਕੱਢਦੇ ਆ, ਫੋਨ ਕਰਦੇ, ਉੱਧਰ ਨੂੰ ਜਾ ਕੇ ਫੋਨ ਕਰਦਾ, ਉੱਧਰ ਨੂੰ ਜਾ ਕੇ ਫੋਨ ਕਰਦਾ, ਨਾਲ ਨਾਲ ਕਹਿੰਦੇ ਦੇਖ ਲਊਂਗਾ ਤੈਨੂੰ, ਮੈਂ ਦੇਖ ਲਊਂਗਾ ਤੈਨੂੰ, ਦੇਖ ਲਊਂਗਾ ਤੈਨੂੰ। ਫੋਨ ਕਰਦੇ ਕਰਦੇ ਫਿਰ 15-20 ਬੰਦੇ ਉੱਧਰੋਂ ਆ ਜਾਂਦੇ, 15-20 ਬੰਦੇ ਉੱਧਰੋਂ ਆ ਜਾਂਦੇ ਨੇ, ਉਹ ਫਿਰ ਲੜਦੇ ਨੇ ਮੋਟਰਸਾਈਕਲ 'ਤੇ ਆਉਂਦੇ। ਅਤੇ ਇਹਦਾ ਮਤਲਬ ਇਹ ਪੰਜਾਬ ਦੀ ਗੱਲ ਹੋ ਰਹੀ ਹੈ, ਪੰਜਾਬ ਦੀ ਲੜਾਈ ਹੋ ਰਹੀ ਹੈ। ਚਲੋ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ, ਫਿਰ ਕਿਤੇ ਸਾਂਝੀਆਂ ਕਰਾਂਗੇ। ਅਗਲਾ ਸਵਾਲ ਜਿਹੜਾ ਉਹ ਸਾਂਝਾ ਕਰਦੇ ਹਾਂ,
ਸੁਰਿੰਦਰ ਕੌਰ ਜੀ ਸਿਆਟਲ ਤੋਂ, ਇਹ ਕਹਿੰਦੇ ਜੀ ਵੀ ਬਹੁਤ ਸਾਰੇ ਫਿਲਮੀ ਕਲਾਕਾਰਾਂ ਨੇ ਮੈਂ ਸੁਣਿਆ ਹੈ ਕਿ ਪਲਾਸਟਿਕ ਸਰਜਰੀ ਕਰਵਾਈ ਹੈ, ਕੀ ਪਲਾਸਟਿਕ ਸਰਜਰੀ ਕਰਵਾਉਣੀ ਚਾਹੀਦੀ ਕਿ ਨਹੀਂ ਕਰਵਾਉਣੀ ਚਾਹੀਦੀ? ਦੇਖੋ ਜੀ, ਇਹ ਤਾਂ ਤੁਹਾਡੀ ਮਰਜ਼ੀ ਹੈ, ਪਲਾਸਟਿਕ ਸਰਜਰੀ ਕਰਾਓ, ਮੇਰੇ ਵੱਲੋਂ ਲੋਹੇ ਦੀ ਸਰਜਰੀ ਕਰਾਓ, ਮੈਨੂੰ ਇਹਨਾਂ ਕੀ ਮਤਲਬ ਹੈਗਾ ਜੀ? ਹਾਂ, ਨਫੇ ਨੁਕਸਾਨ ਮੈਂ ਇਹਦੇ ਜ਼ਰੂਰ ਦੱਸ ਸਕਦਾ, ਨਫੇ ਨੁਕਸਾਨ ਪਲਾਸਟਿਕ ਸਰਜਰੀ ਦੇ ਜਿਹੜੇ ਹੈਗੇ ਨੇ। ਕਿੱਥੋਂ ਸ਼ੁਰੂ ਕਰੀਏ? ਵੈਸੇ ਮਾਈਕਲ ਜੈਕਸਨ ਨੇ ਵੀ ਕਰਾਈ ਹੋਈ ਸੀ, ਪੰਜਾਬ ਦੀ ਗੱਲ ਕਰੀਏ, ਬਹੁਤ ਸਾਰੀਆਂ ਹੀਰੋਇਨਾਂ ਨੇ ਕਰਾਈ, ਰਾਖੀ ਸਾਵੰਤ ਨੇ ਕਹਿੰਦੇ ਪਲਾਸਟਿਕ ਸਰਜਰੀ ਕਰਾਈ ਸੀ, ਕੋਈ ਬੰਦਾ ਮੇਰੇ ਵਰਗਾ ਵੀ ਚਲੇ ਗਿਆ ਵੀ ਮੈਂ ਵੀ ਪਲਾਸਟਿਕ ਸਰਜਰੀ ਕਰਾ ਕੇ ਸੋਹਣਾ ਬਣ ਜਾਵਾਂ, ਚਲੇ ਗਿਆ ਡਾਕਟਰ ਕੋਲ, ਡਾਕਟਰ ਨੂੰ ਕਹਿੰਦਾ ਵੀ ਕਿੰਨੇ ਪੈਸੇ ਲੱਗਣਗੇ ਜੀ ਪਲਾਸਟਿਕ ਸਰਜਰੀ ਦੇ? ਉਹ ਕਹਿੰਦਾ ਜੀ 50,000 ਲੱਗੂ ਡਾਕਟਰ ਕਹਿੰਦਾ। ਉਹ ਕਹਿੰਦਾ ਜੀ ਜੇ ਮੈਂ ਪਲਾਸਟਿਕ ਘਰੋਂ ਲੈ ਆਵਾਂ ਫੇਰ ਕਿਤੇ ਲੱਗਣਗੇ? ਡਾਕਟਰ ਨੇ ਵੱਟ ਕੇ ਮਾਰੀ ਕਰਦੇ, ਕਹਿੰਦਾ ਦਫਾ ਹੋ ਜਾ, ਪਲਾਸਟਿਕ ਘਰੋਂ ਵੀ ਲਿਆਉਣ ਦੀ ਲੋੜ ਨਹੀਂ, ਉਹਨੂੰ ਘਰੇ ਚੁੱਲ੍ਹੇ 'ਤੇ ਗਰਮ ਕਰੀ ਅਤੇ ਉਹ ਆਪਦੇ ਮੂੰਹ 'ਤੇ ਲਾ ਲਈ। ਉਹਨੂੰ ਵੀ ਇਹ ਸੀ ਵੀ ਜਿਵੇਂ ਪਿੰਡਾਂ 'ਚ ਨਹੀਂ ਉਹ ਕਰਦੇ ਹੁੰਦੇ ਪੁਰਾਣਾ ਪਲਾਸਟਿਕ ਵੇਚ, ਖਾਲੀ ਬੋਤਲ ਵੇਚ, ਵੀ ਉਹ ਪਲਾਸਟਿਕ ਉਹੀ ਕਰਕੇ ਪਲਾਸਟਿਕ ਸਰਜਰੀ ਕਰਦੇ ਨੇ। ਪਲਾਸਟਿਕ ਸਰਜਰੀ ਜਿਹੜੀ ਹੈ, ਨਫੇ ਤਾਂ ਇਹ ਹੈ ਕਿ ਇੱਕ ਲੇਡੀ ਨੇ ਪਿੱਛੇ ਜਿਹੇ ਖਬਰ ਸਾਂਝੀ ਕੀਤੀ ਸੀ ਮੈਂ, ਬਹੁਤ ਸਾਰੇ ਲੋਕਾਂ ਕੋਲ ਪੈਸਾ ਉਧਾਰ ਲਿਆ, ਉਹਦੇ ਕੋਲ ਵੀ ਪੈਸੇ ਉਧਾਰ ਲੈ, ਉਹਦੇ ਕੋਲ ਵੀ ਲੈ, ਲੈ ਕੇ ਪੈਸੇ ਉਧਾਰ, ਉਦੋਂ ਬਾਅਦ ਪਲਾਸਟਿਕ ਸਰਜਰੀ ਕਰਾ ਲਈ। ਚਲੋ ਜੀ, ਪਛਾਣੀ ਜਾਓ, ਲੱਭੀ ਜਾਓ, ਘਰ ਚੇਂਜ ਕਰ ਲਿਆ, ਸ਼ਹਿਰ ਚੇਂਜ ਕਰ ਲਿਆ, ਚਲੋ ਜੀ ਮਜ਼ੇ ਨਾ ਜੀਓ, ਰਹਿ ਰਹੀ ਸੀਗੀ। ਖੈਰ, ਇੱਧਰਲੇ ਮੁਲਕਾਂ ਦੇ ਵਿੱਚ ਹੁੰਦਾ ਤਾਂ ਇੱਧਰ ਪਲਾਸਟਿਕ ਸਰਜਰੀ ਕੁਛ ਹੋ ਜਾਵੇ, ਉਹਨਾਂ ਨੇ ਫਿੰਗਰ ਪ੍ਰਿੰਟ ਤੋਂ ਲੱਭ ਲੈਣਾ ਸੀ। ਇੱਕ ਹੋਰ ਪਲਾਸਟਿਕ ਸਰਜਰੀ ਦੀ ਗੱਲ ਦੱਸਦੇ ਤੁਹਾਨੂੰ, ਮੇਕਅਪ ਦੀ ਗੱਲ ਲਾ ਲਓ ਚ ਪਲਾਸਟਿਕ ਸਰਜਰੀ, ਸੋਹਣੇ ਮੁੱਖ ਦੀ ਗੱਲ ਤਾਂ ਸੋਹਣੇ ਬਣਨ ਦੀ ਗੱਲ ਹੁੰਦੀ ਨਾ, ਲੇਡੀ ਨੂੰ ਜ਼ਿਆਦਾ ਸੋਹਣੇ ਬਣਨ ਦਾ ਚਾਅ ਹੁੰਦਾ, ਬੰਦਿਆਂ ਨੂੰ ਤਾਂ ਇਹ ਥੋੜ੍ਹਾ ਜਿਹਾ ਘੱਟ ਹੁੰਦਾ, ਪਰ ਅੱਜ ਕੱਲ੍ਹ ਤਾਂ ਬੰਦੇ ਵੀ ਐਨ ਆਹ ਨੋਹਾਂ ਨੂੰਹਾਂ 'ਤੇ ਲਗਵਾ ਕੇ ਰੱਖਦੇ, ਕੀ ਕਹਿੰਦੇ ਹੁੰਦੇ ਪੈਡੀਕਿਓਰ ਮੈਨੀਕਿਓਰ ਜੇ ਕਰਵਾ ਕੇ ਰੱਖਦੇ ਬਹੁਤ ਸਾਰੇ ਲੋਕ। ਚਲੋ, ਆਪਾਂ ਗੱਲ ਕਰਦੇ ਸੀ, ਇੱਕ 54 ਕੁ ਸਾਲ ਦੀ ਔਰਤ ਸੀ ਕੋਈ, ਹਸਪਤਾਲ ਦੇ ਵਿੱਚ ਐਡਮਿਟ ਹੋਈ, ਬਿਮਾਰ ਸੀਗੀ ਅਤੇ ਉਹ ਮਰ ਗਈ ਤਾਂ ਰੱਬ ਪ੍ਰਗਟ ਹੋਇਆ, ਰੱਬ ਕਹਿੰਦਾ ਵੀ ਤੂੰ ਭਾਈ ਹਜੇ ਤੇਰੀ 34 ਸਾਲ ਉਮਰ ਹੋਰ ਹੈ, ਤੂੰ ਐਵੇਂ ਗਲਤੀ ਨਾਲ, ਤੇਰਾ ਇਹ ਜਮਦੂਰ ਜਿਹੜਾ ਸਾਡਾ ਇਹ ਗਲਤੀ ਕਰ ਗਿਆ, ਅਤੇ ਨਾਲ ਦੇ ਬੈੱਡ ਵਾਲੀ ਚੱਕਣੀ ਸੀ, ਇਹਨੇ ਤੈਨੂੰ ਚੱਕ ਲਿਆ ਗਲਤੀ ਦੇ ਨਾਲ ਨਾ, ਵੀ ਤੂੰ ਐਂ ਕਰ, ਚੱਲ ਕੋਈ ਨਹੀਂ, ਵੀ ਤੂੰ 34 ਸਾਲ ਅਜੇ ਹੋਰ ਜੀਣਾ। ਉਹ 54 ਸਾਲਾਂ ਦੀ ਸੀਗੀ, ਤਾਂ ਉਹਨੇ ਹਿਸਾਬ ਲਾ ਲਿਆ ਵੀ 34 54 4 58 ਅਤੇ 30 88 ਸਾਲ ਹੋ ਗਏ, ਵੈਸੇ ਤਾਂ ਮੈਂ ਬਹੁਤ 88 ਸਾਲ ਦੀ ਹੋ ਕੇ ਮਰਨਾ, ਇਹ ਤਾਂ ਮੇਰੀ ਉਮਰ ਬੜੀ ਪਈ ਹੈ, ਪੈਸਾ ਪੂਸਾ ਚੰਗਾ ਸੀਗਾ। ਉਹ ਕਹਿੰਦੀ ਵੀ ਹੁਣ ਅਗਲੀ ਜ਼ਿੰਦਗੀ ਜਿਹੜੀ ਜੀਣੀ ਹੈ ਥੋੜ੍ਹੀ ਵਧੀਆ ਜੀ ਲਈ ਹੈ। ਉਹਨੇ ਕੀ ਕੀਤਾ, ਸਰਜਰੀ ਕਰਾ ਲਈ, ਪਤਲੇ ਹੋਣ ਦੀ ਸਰਜਰੀ ਵੀ ਕਰਾ ਲਈ, ਫੇਸ ਦੀ ਸਰਜਰੀ ਕਰਾ ਕੇ ਬੜੀ ਸੋਹਣੀ ਬਣ ਗਈ, ਐਵੇਂ 30-35 ਸਾਲਾਂ 32 ਸਾਲਾਂ 'ਚ ਲੱਗਣ ਲੱਗ ਪਈ ਫੇਸ ਦੀ ਸਰਜਰੀ ਕਰਾ ਕੇ, ਬਹੁਤ ਸੋਹਣੀ ਬਣ ਗਈ ਕੁੜੀ, ਐਨ ਪਤਲੀ ਟ੍ਰਿਮ ਟ੍ਰਿਮ ਕੁੜੀ ਬਾਹਰ ਨਿਕਲੀ ਹਸਪਤਾਲ ਦੇ ਵਿੱਚੋਂ ਸਰਜਰੀ ਕਰਾ ਕੇ, ਪਾਰਕਿੰਗ ਵੱਲ ਨੂੰ ਗੱਡੀ ਵੱਲ ਨੂੰ ਜਾ ਰਹੀ ਸੀ ਅਤੇ ਟਰੱਕ ਆਇਆ, ਉਹਨੇ ਠੇਠ ਮਾਰੀ ਤਾਂ ਉਹ ਮਰ ਗਈ, ਰੱਬ ਕੋਲ ਚਲ ਗਈ। ਅਤੇ ਉਹ ਰੱਬ ਕਹਿੰਦੀ ਵੀ ਤੂੰ ਰੱਬ ਜੀ ਚੰਗੇ ਬੰਦੇ, ਤੁਸੀਂ ਮੈਨੂੰ ਹੁਣੇ ਤੁਸੀਂ ਕਹਿ ਕੇ ਆਏ, ਹਜੇ ਪਿੱਛੇ ਜੇ 2 ਮਹੀਨੇ ਪਹਿਲਾਂ ਮੈਰੀ 'ਚ ਉਮਰ 34 ਸਾਲ ਹੋਰ ਆ, ਅਤੇ ਹੁਣ ਮੈਨੂੰ ਤੁਸੀਂ ਹੁਣ 2 ਮਹੀਨੇ ਬਾਅਦ ਹੀ ਫੇਰ ਬੁਲਾ ਰਹੇ ਵਾਪਸ। ਉਹ ਰੱਬ ਕਹਿੰਦਾ ਸੋਰੀ ਭੈਣ ਜੀ, ਮੈਂ ਤੁਹਾਨੂੰ ਪਛਾਣਿਆ ਨਹੀਂ। ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ 54 ਸਾਲ ਦੀ ਕਹਿੰਦੇ ਸੀ, ਤੇਰੀ ਉਮਰ 34 ਸਾਲ ਹੋਰ ਆ। ਉਹ ਅੱਛਾ, ਕਹਿੰਦਾ ਜੀ ਫਿਰ ਗਲਤੀ ਲੱਗ ਗਈ, ਹੁਣ ਤੁਹਾਡੀ ਉਮਰ ਤਾਂ ਲੱਗਦੀ ਨਹੀਂ ਇੰਨੀ। ਸੋ ਪਲਾਸਟਿਕ ਸਰਜਰੀ ਦੀਆਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ, ਕਰਾਉਣੀ ਚਾਹੀਦੀ ਨਹੀਂ ਕਰਾਉਣੀ ਚਾਹੀਦੀ, ਇਹ ਆਪਣੀ ਮਰਜ਼ੀ ਹੈ। ਵੈਸੇ ਮੇਰੇ ਹਿਸਾਬ ਦੇ ਨਾਲ ਤਾਂ ਫੇਸ ਜਿਹੜਾ ਜੋ ਅਸਲ ਸਾਨੂੰ ਰੱਬ ਨੇ ਬਖਸ਼ਿਆ, ਉਹ ਹੀ ਸਭ ਕੁਛ ਠੀਕ ਹੈ, ਬਜਾਏ ਇਸ ਦੇ ਕਿ ਅਸੀਂ ਜੋ ਨਕਲੀ ਕੁਛ ਕਰਦੇ ਹਾਂ, ਨਕਲੀ ਤਾਂ ਨਕਲੀ ਹੁੰਦਾ, ਅਸਲੀ ਅਸਲੀ ਹੁੰਦਾ। ਚਲੋ, ਅਗਲੀ ਜਿਹੜੀ ਕੀ ਹੈਗੀ ਇਹ ਖਬਰ, ਹਰਕੀਰਤ ਸਿੰਘ ਭੱਟੀ ਬ੍ਰੈਂਪਟਨ ਤੋਂ, ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਜੀ ਪਤੀ ਪਤਨੀ ਦੀ ਲੜਾਈ ਦਾ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ? ਬਹੁਤ ਹੀ ਖਤਰਨਾਕ ਸਵਾਲ, ਬਹੁਤ ਵਧੀਆ ਸਵਾਲ ਹੈ, ਬਹੁਤ ਮਤਲਬ ਅਸਰ ਤਾਂ ਚੰਗਾ ਤਾਂ ਪੈਣੋ ਰਿਹਾ ਹੁਣ ਲੜਾਈ ਦਾ, ਠੀਕ ਹੈ ਜੀ, ਮਾੜਾ ਹੀ ਪੈਣਾ, ਜੇ ਪੈਣਾ ਤਾਂ ਚੰਗਾ ਨਹੀਂ ਪੈਂਦਾ ਹੈਗਾ। ਮੈਂ ਵੈਸੇ ਕਈ ਵਾਰੀ ਜਦੋਂ ਬਾਹਰ ਜਾਂਦੇ ਨਾ ਅਸੀਂ ਪ੍ਰੋਗਰਾਮ ਕਰਨ, ਅਤੇ ਫਨ ਦੇ ਵਿੱਚ ਬੱਚਿਆਂ ਨੂੰ ਛੋਟੇ ਛੋਟੇ ਨੂੰ ਪੁੱਛ ਲਈਦਾ, ਊਈਂ ਮਜ਼ਾਕ ਮਜ਼ਾਕ 'ਚ, ਅਸਾਂ ਸਵਾਲ ਇੱਕ ਉਹੀ ਹੁੰਦਾ ਜਵਾਬ ਉਹਦਾ, ਕੋਈ ਦੋਹਾਂ 'ਚੋਂ ਇੱਕ ਦਊਗਾ ਜਵਾਬ ਉਹਦਾ ਉਹੀ ਮਤਲਬ ਬਣਨਾ। ਉਹ ਬੱਚਿਆਂ ਨੂੰ ਪੁੱਛ ਲਏ, ਬੇਟਾ ਇਹ ਦੱਸੋ ਵੀ ਜਦੋਂ ਮੰਮੀ ਪਾਪਾ ਲੜਦੇ ਆ ਤੁਸੀਂ ਕੀ ਕਰਦੇ ਹੋ, ਟੀ ਵੀ ਦੇਖਦੇ ਹੋ ਜਾਂ ਸੌ ਜਾਂਦੇ ਹੋ? ਅਤੇ ਜ਼ਿਆਦਾ ਬੱਚਾ ਕਹਿੰਦਾ ਟੀ ਵੀ ਦੇਖਦੇ ਹਾਂ, ਜਾਂ ਉਹ ਕਹਿੰਦਾ ਵੀ ਸੌ ਜਾਂਦੇ ਹਾਂ। ਇਹਦਾ ਮਤਲਬ ਇਹ ਹੈ ਕਿ ਬੱਚਾ ਕੁਛ ਵੀ ਕਰੇ ਮੰਮੀ ਪਾਪਾ ਲੜਦੇ ਆ, ਅਸਰ ਦੇਖੋ ਪੈਂਦਾ। ਇਹ ਗੱਲ ਦਾ ਇੱਕ ਬਹੁਤ ਵਧੀਆ ਜੋਕ ਜਿਹੜਾ ਹੈਗਾ ਕਿ ਕਈ ਵਾਰ ਅਸੀਂ 19-21 ਗੱਲ ਜਿਹੜੀ ਬੱਚਿਆਂ ਸਾਹਮਣੇ ਕਰ ਦਿੰਦੇ, ਬੱਚੇ ਦਿਮਾਗ 'ਚ ਬਿਠਾ ਲੈਂਦੇ ਆ,
ਚੰਗੀਆਂ ਗੱਲਾਂ ਘੱਟ ਬਿਠਾਉਂਦੇ ਆ। ਦਿਮਾਗ ਦੇ ਵਿੱਚ ਕਿਤੇ 19 ਕੀ ਕੋਈ ਵਾਧੂ ਘਾਟੂ ਗੱਲ ਕਹੀ, ਕਿਸੇ ਜਾਨਵਰ ਦੇ ਨਾਲ ਮਿਲ ਕੇ ਗੱਲ ਕਹੀ ਕਿਸੇ ਨੂੰ, ਮੀਆਂ ਨੂੰ ਜਾਂ ਬੀਵੀ ਨੂੰ, ਤਾਂ ਉਹ ਬੱਚਿਆਂ ਦਿਮਾਗ 'ਚ ਜ਼ਿਆਦਾ ਬੈਠਦੀ ਆ। ਇੱਕ ਵਾਰੀ ਇੱਕ ਕਿਸੇ ਪਰਿਵਾਰ ਦੇ ਵਿੱਚ ਦੋ ਬੱਚੇ ਸੀ, ਹਸਬੈਂਡ ਵਾਈਫ ਸੀ, ਬੜਾ ਵਧੀਆ ਪਿਆਰ, ਲੜਾਈ ਲੜੂਈ ਕਿਤੇ ਪਹਿਲਾਂ ਹੋਈ ਹੋਣੀ ਆ, ਹੋਈ ਹੁੰਦੀ ਹੋਊਗੀ, ਹੁੰਦੀ ਰਹਿੰਦੀ ਹੋਊਗੀ ਜਾਂ, ਪਰ ਉਦੋਂ ਉਸ ਸਮੇਂ ਬੜਾ ਪਿਆਰ ਸੀ ਅਤੇ ਘਰ ਵਾਲੇ ਸੋਚਿਆ ਵੀ ਅੱਜ ਦਿਨ ਵਧੀਆ ਅਤੇ ਅੱਜ ਮੈਂ ਖੁਸ਼ ਕਰਾਂ ਆਪਣੇ ਪਰਿਵਾਰ ਨੂੰ ਖਾਣਾ ਵਧੀਆ ਬਣਾ ਕੇ। ਉਹਨੇ ਹਿਰਨ ਲਿਆਂਦਾ, ਹਿਰਨ, ਉਹਨੂੰ ਪਤਾ ਸੀ ਵੀ ਬੱਚਿਆਂ ਨੂੰ ਇਹ ਬਹੁਤ ਪਸੰਦ ਆ, ਉਹਦਾ ਹਸਬੈਂਡ ਹਿਰਨ ਦਾ ਮੀਟ ਜਿਹੜਾ ਬਹੁਤ ਪਸੰਦ ਕਰਦਾ, ਇੱਥੇ ਕਨੇਡਾ ਦੇ ਵਿੱਚ ਵੀ ਆ, ਇੱਥੇ ਪਰਮਿਸ਼ਨ ਲੈ ਕੇ ਲਾਟਰੀ ਵਗੈਰਾ ਨਿਕਲਦੀ ਹਿਰਨ ਦੇ ਸ਼ਿਕਾਰ ਦੀ, ਉਹ ਇੱਕ ਅਲੱਗ ਟਰੈਕ ਹੈ। ਹਿਰਨ ਬਣਾਇਆ ਅਤੇ ਰਾਤ ਨੂੰ ਬੱਚਿਆਂ ਨੂੰ ਕਹਿੰਦੀ ਬੇਟੇ ਖਾ ਕੇ ਦੱਸੋ ਵੀ ਅੱਜ ਮੈਂ ਕੀ ਚੀਜ਼ ਬਣਾਈ ਹੈ। ਬੱਚੇ ਨੇ ਖਾਧੇ, ਕਹਿੰਦੇ ਵੀ ਮੰਮੀ ਹੈ ਤਾਂ ਕੋਈ ਨਾ ਕੋਈ ਮਤਲਬ ਨੌਨ ਵੈਜ ਹੀ ਹੈ ਚੀਜ਼ ਇਹ, ਪਰ ਸਵਾਦ ਤੋਂ ਨਹੀਂ ਸਮਝ ਆ ਰਹੀ ਕੀ ਹੈ। ਕਹਿੰਦੀ ਨਹੀਂ ਨਹੀਂ ਦੁਬਾਰਾ ਖਾ ਕੇ ਦੇਖੋ ਪੁੱਤਰ। ਉਹਨਾਂ ਨੇ ਫੇਰ ਖਾਧੀ, ਕਹਿੰਦੀ ਵੀ ਨਹੀਂ ਸਮਝ ਆਈ ਸਾਨੂੰ, ਅਤੇ ਉਹ ਫਿਰ ਅਖੀਰ ਕਹਿੰਦੀ ਵੀ ਮੈਂ ਨਾ ਟਿਪ ਦਿੰਦੀ ਤੁਹਾਨੂੰ, ਇੱਕ ਪਰਚੀ ਦਿੰਦੀ ਹੈ ਕਿ ਮੈਂ ਕਦੇ ਕਦੇ ਤੁਹਾਡੇ ਪਾਪਾ ਨੂੰ ਉਸ ਨਾਮ ਦੇ ਨਾਲ ਪਿਆਰ ਨਾ ਬੁਲਾਉਣੀ ਆ। ਉਹਦੇ ਕਹਿਣ ਦਾ ਭਾਵ ਸੀ ਡੀਅਰ ਕਹਿੰਦੀ ਉਹਦੇ ਪਾਪਾ ਨੂੰ, ਪਿਆਰ ਨਾ ਡੀਅਰ, ਅਤੇ ਬੱਚੇ ਸਮਝ ਜਾਣਗੇ ਵੀ ਇਹ ਹਿਰਨ ਬਣਾਇਆ ਵੀ ਤੇਰੇ ਤੁਹਾਡੇ ਪਾਪਾ ਨੂੰ ਪਿਆਰ ਨਾਲ ਮੈਂ ਉਸ ਨਾਮ ਨਾਲ ਬੁਲਾਉਣੀ। ਅਤੇ ਵੱਡਾ ਮੁੰਡਾ ਜਿਹੜਾ ਸੀ ਉੱਠ ਕੇ ਖੜਾ ਹੋ ਗਿਆ, ਕਹਿੰਦਾ ਖਾਇਓ ਨਾ ਹੋਵੇ, ਮੰਮੀ ਨੇ ਕੁੱਤਾ ਬਣਾਇਆ। ਮਤਲਬ ਇਹ ਹੈ ਮੁੱਖ ਦੀ ਗੱਲ, ਅਸਰ ਦੀ ਗੱਲ ਤੁਸੀਂ ਕੀਤੀ ਹੈ, ਅਸਰ ਜਿਹੜਾ ਦੂਜਾ ਚੰਗਾ ਡੀਅਰ ਵਾਲਾ ਅਸਰ ਤੋਂ ਤਾਂ ਰਿਹਾ ਨਹੀਂ, ਜਾਂ ਕਿਤੇ ਡੀਅਰ ਡੂਰ ਕਹਿੰਦੀ ਵੀ ਹੋਊ ਘਰ ਵਾਲੀ, ਕਿਤੇ ਟਾਵੀ ਟਾਵੀ ਕੋਈ ਕਹਿੰਦੀ ਹੋਊਗੀ, ਤਾਂ ਉਹ ਉਹਨੂੰ ਨਿਆਣਿਆਂ ਨੂੰ ਨਹੀਂ ਪਤਾ ਲੱਗਿਆ ਹੋਣਾ ਜਾਂ ਉਹ ਨਹੀਂ ਧਿਆਨ ਦਿੱਤਾ ਹੋਣਾ, ਪਰ ਕਦੇ ਲੜਾਈ ਲੜਾਈ ਦੇ ਵਿੱਚ ਆਹ ਜਿਹੜਾ ਸ਼ਬਦ ਉਹਨੇ ਵਰਤ ਲਿਆ ਹੋਊਗਾ ਉਹ ਦਿਮਾਗ 'ਚ ਬੈਠ ਗਿਆ, ਅਤੇ ਉਹੀ ਉਹਨੇ ਕਿਹਾ। ਸੋ ਅਸਰ ਥੋੜ੍ਹਾ ਨਹੀਂ, ਬਹੁਤ ਬਹੁਤ ਬੁਰੀ ਤਰ੍ਹਾਂ ਅਸਰ ਜਿਹੜਾ ਸਾਡੇ ਹੁੰਦਾ। ਸੋ ਭਾਈ ਜੇ ਲੜਦੇ ਲੁੜਦੇ ਹੁੰਦੇ ਹੋ ਅਤੇ ਥੋੜ੍ਹਾ ਜਿਹਾ ਇੱਦਾਂ ਦਾ ਗੱਲਬਾਤ ਜਿਹੜੀ ਕਹਿਣ ਤੋਂ ਸੰਗਿਆ ਕਰੋ, ਨਿਆਣੇ ਜਦੋਂ ਨਾ ਹੋਣ, ਨਹੀਂ ਤਾਂ ਵਧੀਆ ਤਰੀਕਾ ਇਹ ਹੈ ਵੀ ਬਾਹਰ ਬੂਹਰ ਚੱਲ ਜਾਓ, ਕਿਤੇ ਪਾਰਕ ਪੂਰਕ 'ਚ, ਉੱਥੇ ਲੜ ਲੁੜ ਕੇ ਆ ਕੇ ਘਰ ਆ ਕੇ ਫਿਰ ਆਰਾਮ ਨਾਲ ਵਾਹਿਗੁਰੂ 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 ਕਰੋ। ਲਓ ਜੀ, ਪੁਸ਼ਪਾ ਕੁਮਾਰੀ ਨਿਊ ਜਰਸੀ ਤੋਂ, ਇਹਨਾਂ ਨੇ ਪੰਜਾਬ ਦਾ ਸਵਾਲ ਪੁੱਛਿਆ, ਟੈਕਨੀਕਲ ਜਿਹਾ ਸਵਾਲ ਆ। ਕਹਿੰਦੇ ਜੀ ਪੰਜਾਬ ਦੇ ਬਾਹਲੇ ਮੰਤਰੀ ਅਨਪੜ੍ਹ ਨੇ, ਬਾਹਲੇ ਮੰਤਰੀ ਅਨਪੜ੍ਹ ਨੇ, ਅਤੇ ਇਹਦਾ ਕੋਈ ਪੰਜਾਬ ਨੂੰ ਨੁਕਸਾਨ ਨਹੀਂ ਹੈ? ਨੁਕਸਾਨ ਤਾਂ ਚਾਹੇ ਅਨਪੜ੍ਹ ਤਾਂ ਚਾਹੇ ਪੜ੍ਹਿਆ ਲਿਖਿਆ, ਨੁਕਸਾਨ ਤਾਂ ਸਾਰਿਆਂ ਦਾ ਹੀ ਹੈ ਜੀ। ਅੱਜ ਕੱਲ੍ਹ ਫਿਲਹਾਲ ਤਾਂ ਕੋਈ ਮਤਲਬ ਹੀ ਨਹੀਂ ਕੋਈ ਪੜ੍ਹਿਆ ਲਿਖਿਆ ਕਿ ਨਹੀਂ ਪੜ੍ਹਿਆ ਲਿਖਿਆ, ਨੁਕਸਾਨ ਸਭ ਦਾ ਹੀ ਹੈਗਾ। ਪਰ ਇਹ ਵਾਕਿਆ ਇਹ ਚੀਜ਼ ਹੈਗੀ ਆ ਕਿ ਜਿਹੜੇ ਬੰਦਾ ਬਹੁਤ ਪੜ੍ਹ ਲਿਖ ਕੇ ਬਹੁਤ, ਮੈਂ ਅੱਜ ਦੇਖ ਰਿਹਾ ਸੀਗਾ ਵੀਡੀਓ ਕਿ ਜਿਹੜੇ ਬਹੁਤ ਇੰਟੈਲੀਜੈਂਟ ਬੱਚੇ ਹੁੰਦੇ ਆ ਉਹ ਜਾਂਦੇ ਸਾਇੰਸ ਵਾਲੇ ਪਾਸੇ, ਸਾਇੰਸ ਪੜ੍ਹਦੇ ਆ, ਮੁੜ ਕੇ ਬੀ ਟੈਕ ਐਮ ਟੈਕ ਕਰਦੇ ਨੇ। ਉਦੋਂ ਘੱਟ ਇੰਟੈਲੀਜੈਂਟ ਹੁੰਦੇ ਉਹ ਜਾਂਦੇ ਕਮਰਸ ਵਾਲੇ ਪਾਸੇ, ਬੀ ਕੌਮ ਐਮ ਕੌਮ ਐਮ ਬੀ ਏ ਕਰਦੇ ਨੇ। ਅਤੇ ਉਦੋਂ ਜਿਹੜੇ ਘੱਟ ਬੱਚੇ ਜਿਹੜੇ ਕਰਦੇ ਨੇ ਸਕੂਲ ਵਗੈਰਾ ਜਾਂਦੇ ਨੇ, ਜਾਂ ਮਤਲਬ ਜਿਹੜੇ ਉਦੋਂ ਘੱਟ ਹੁੰਦੇ ਨੇ ਉਹ ਆਰਟ ਰੱਖਦੇ ਆ। ਉਦੋਂ ਜਿਹੜੇ ਘੱਟ ਬੱਚੇ ਪੜ੍ਹੇ ਲਿਖੇ ਹੁੰਦੇ ਆ ਜੇ ਇੰਟੈਲੀਜੈਂਟ ਕਹਿ ਲਓ ਜਾਂ ਕਰਦੇ ਹੁੰਦੇ ਵੀ ਉਹ ਮੁੜ ਕੇ ਸਕੂਲਿੰਗ ਕਰਦੇ ਪਿੰਡ ਦੀ, ਬਸ ਉਦੋਂ ਬਾਅਦ ਕੁਛ ਨਹੀਂ ਜਾਂਦੇ। ਜਿਹੜੇ ਉਦੋਂ ਵੀ ਘੱਟ ਹੁੰਦੇ ਆ ਤਾਂ ਉਹ ਜਿਹੜੇ ਫਿਰ ਉਹਨਾਂ ਨੂੰ ਸਭ ਮਹਾਨ ਲਾਇਕ ਆਪਾਂ ਕਹਿ ਦਿੰਦੇ ਹਾਂ। ਪਰ ਅਸਰ ਉੱਪਰੋਂ ਸ਼ੁਰੂ ਕਰ ਲਓ, ਐਮ ਟੈਕ ਬੀ ਟੈਕ ਵਾਲੇ ਅਕਾਊਂਟ ਵਾਲੇ ਥੱਲੇ ਕੰਮ ਕਰਦੇ ਨੇ, ਅਕਾਊਂਟ ਵਾਲੇ ਉਦੋਂ ਅੱਗੇ ਆ ਗਏ ਜਿਹੜੇ ਅਫਸਰ ਨੇ ਆਈ ਏ ਐੱਸ ਬਣ ਜਾਂਦੇ ਨੇ, ਉਹਨਾਂ ਥੱਲੇ ਕੰਮ ਕਰਦੇ ਨੇ ਆਈ ਏ ਐੱਸ ਜਿਹੜੇ ਨੇ, ਜਿਹੜੇ ਉਦੋਂ ਬਾਅਦ ਸਕੂਲਿੰਗ ਕਰਦੇ, ਜਿਹੜੇ ਜਿਹੜੇ ਸਕੂਲਿੰਗ ਵੀ ਨਹੀਂ ਕੀਤੀ ਹੁੰਦੀ, ਕਦੇ ਸਕੂਲੇ ਗਏ ਵੀ ਨਹੀਂ ਹੁੰਦੇ, ਤਾਂ ਮਾੜਾ ਮੋਟਾ ਹੁੰਦੇ ਲੀਡਰ ਬਣ ਜਾਂਦੇ ਆ, ਫਿਰ ਇਹ ਤਿੰਨੇ ਕੈਟਾਗਰੀਆਂ ਉਹਨਾਂ ਥੱਲੇ ਕੰਮ ਕਰਦੀਆਂ। ਉਦੋਂ ਬਾਅਦ ਇੱਕ ਜਮ੍ਹਾਂ ਹੀ ਅਨਪੜ੍ਹ ਜਮ੍ਹਾਂ ਮਹਾਨ ਲਾਇਕ ਪਿੰਡ ਦਾ ਬੱਚਾ ਜਿਹੜਾ ਹੈਗਾ, ਜਿਹਨੂੰ ਕੋਈ ਕੰਮ ਨਹੀਂ ਆਉਂਦਾ, ਕੋਈ ਕੰਮ ਨਹੀਂ ਕਰ ਸਕਦਾ, ਉਹ ਬਣ ਜਾਂਦਾ ਬਾਬਾ। ਫਿਰ ਇਹ ਚਾਰੇ ਪੰਜੇ ਜਿਹੜੇ ਹੈਗੇ ਨੇ ਪੜ੍ਹੇ ਲਿਖੇ ਤੋਂ ਲੈ ਕੇ ਲੀਡਰ ਤੱਕ, ਫਿਰ ਉਹ ਬਾਬੇ ਥੱਲੇ ਕੰਮ ਕਰਦੇ ਨੇ। ਇਹ ਸਾਡੇ ਪੰਜਾਬ ਦੀ ਜਿਹੜੀ ਹੈਗੀ ਆ ਅਸਲੀ ਗੱਲ ਇਹ ਹੈਗੀ ਆ। ਵੈਸੇ ਪੜ੍ਹੇ ਲਿਖੇ ਲੀਡਰ ਦੇਖੋ, ਸਿਹਤ ਮੰਤਰੀ ਸੀਗਾ ਕੋਈ, ਉਹ ਸੰਸਕਾਰ 'ਤੇ ਚਲੇ ਗਿਆ ਕਿਸੇ, ਜਿੱਦਾਂ ਹੁੰਦੀ ਆਦਤ, ਚਾਹੇ ਕਿਸੇ ਕੱਟਾ ਵੀ ਮਰ ਜਾਵੇ ਅਫਸੋਸ ਕਰਨ ਪਹੁੰਚ ਜਾਂਦੇ ਆ ਜਦੋਂ ਵੋਟਾਂ ਵੇਲੇ, ਤਾਂ ਉਹ ਕਹਿੰਦਾ ਬੰਦਾ ਮਰਿਆ ਅਫਸੋਸ ਕਰਨ ਚਲ ਗਿਆ, ਤਾਂ ਉਹ ਕਹਿੰਦਾ ਵੀ ਕਿਤੇ ਸੰਸਕਾਰ ਕਰਨ ਗਏ ਨਹੀਂ ਹਜੇ, ਕਿੱਦਾਂ ਇੱਥੇ ਹੀ ਖੜ੍ਹੇ ਹਜੇ। ਉਹ ਕਹਿੰਦੇ ਜੀ ਹਜੇ ਡੈੱਡ ਬੋਡੀ ਨਹੀਂ ਆਈ ਹਸਪਤਾਲ ਦੇ ਵਿੱਚੋਂ, ਤਾਂ ਉਹ ਪੋਸਟਮਾਰਟਮ ਨਹੀਂ ਕਰ ਰਹੇ ਵੀ ਡੈੱਡ ਬੋਡੀ। ਮੰਤਰੀ ਕਹਿੰਦਾ ਮੇਰੇ ਹੁੰਦੇ ਮੇਰੇ ਇਲਾਕੇ ਦੇ ਵਿੱਚ, ਲੈ ਫੋਨ ਕਰ ਪੀ ਏ ਨੂੰ, ਪੀ ਏ ਨੇ ਫੋਨ ਕਰਿਆ, ਉਹ ਗੱਲ ਸੁਣ ਡਾਕਟਰ, ਕਹਿੰਦਾ ਤੁਸੀਂ ਪੋਸਟਮਾਰਟਮ ਕਿਉਂ ਨਹੀਂ ਕਰਦੇ ਵੀ, ਪੋਸਟਮਾਰਟਮ ਉਦੋਂ ਕਰੋਗੇ ਜਦੋਂ ਬੰਦਾ ਮਰ ਜੂ। ਉਹ ਕਹਿੰਦਾ ਜੀ ਬੰਦਾ ਮਰਿਆ ਹੋਇਆ ਹੀ ਹੈ, ਮਰ ਗਿਆ ਬੰਦਾ, ਪੋਸਟਮਾਰਟਮ ਬਾਅਦ ਚੀਜ਼ ਉਹ। ਓਕੇ ਓਕੇ ਓਕੇ, ਇਹੋ ਜਿਹਾ ਹਾਲ ਸਾਡੇ ਪੰਜਾਬ ਦਾ ਹੈਗਾ। ਬਹੁਤ ਸਾਰੀਆਂ ਗੱਲਾਂ ਕੈਸਟਾਂ ਦੇ ਵਿੱਚ ਵੀ ਕਰੀਦੀਆਂ ਸੀ, ਬਹੁਤ ਸਾਰੀਆਂ ਗੱਲਾਂ ਉੱਦਾਂ ਵੀ ਕਰਨ ਦੀ ਕੋਸ਼ਿਸ਼ ਕਰੀਦੀ ਆ। ਪਰ ਫਿਲਹਾਲ ਜਿਹੜੀ ਹੈ, ਇਦੋਂ ਬਾਅਦ ਆਪਾਂ ਚੱਲਾਂਗੇ ਵਿਸ਼ੇ ਵੱਲ। ਵਿਸ਼ਾ ਇਹਦਾ ਸੋਸ਼ਲ ਹੁੰਦਾ,
ਪਰਿਵਾਰਕ ਗੱਲਾਂ ਬਾਤਾਂ ਕਰੀ ਦੀਆਂ, ਰੀਤੀ ਰਿਵਾਜ਼ਾਂ ਦੀਆਂ ਗੱਲਾਂ ਬਾਤਾਂ ਕਰੀ ਦੀਆਂ, ਕਈ ਵਾਰੀ ਮੁਹਾਵਰੇ ਕਹਾਵਤਾਂ ਨੂੰ ਵੀ ਫੜ ਲਈਦਾ ਆਪਾਂ। ਕੁੱਲ ਮਿਲਾ ਕੇ ਗੱਲ ਇਹ ਹੁੰਦੀ ਹੈ ਜੀ, ਅਸੀਂ ਇੱਕ ਘੰਟਾ ਜੇ ਇੱਥੇ ਪ੍ਰੋਗਰਾਮ ਕਰਦੇ ਹਾਂ ਤਾਂ ਉਹ ਚੰਗਾ ਲੱਗੇ ਤੁਹਾਨੂੰ, ਕਈ ਵਾਰੀ ਬਹੁਤ ਚੰਗਾ ਲੱਗਦਾ, ਕਈ ਵਾਰੀ ਥੋੜ੍ਹਾ ਬਹੁਤ ਢਿੱਲਾ ਮੱਠਾ ਮੇਰਾ ਜਾਂਦਾ ਹੋਊਗਾ। ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਿਸ਼ੇ ਵੱਲ ਆਵਾਂਗੇ ਅਤੇ ਨਾਲ ਨਾਲ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਸ਼ੁਰੂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜੀਆਂ ਤੁਹਾਡੇ ਨਾਲ ਕਰੀ ਦੀਆਂ, ਕੋਈ ਗੱਲਬਾਤ ਤੁਹਾਡੇ ਜਿਹੜੀ ਸਾਂਝੀ ਕਰੀ ਦੀ ਵਿਸ਼ੇ ਦੀ। ਵਿਸ਼ੇ ਦੀ ਇੱਕ ਕੱਲ੍ਹ ਗੱਲ ਹੋਈ ਸੀ, ਕੱਲ੍ਹ ਖਬਰ ਇੱਕ ਮੈਂ ਪੜ੍ਹੀ ਸੀ, ਉਹਦੇ 'ਚ ਸੀਗਾ ਕਿ ਰਸਮਾਂ ਰਿਵਾਜ਼ਾਂ ਦੀ ਅਸੀਂ ਅੱਜ ਗੱਲ ਕਰੀ ਦੀ ਹੈ ਕਿ ਰਸਮ ਰਿਵਾਜ਼ ਜਿਹੜੇ ਖਤਮ ਹੋ ਗਏ, ਤਕਰੀਬਨ ਜਿਹੜੇ ਵਿਆਹ ਵਾਲੇ ਦਿਨ ਕਾਫੀ ਹੁੰਦੇ ਸੀਗੇ ਉਹ ਖਤਮ ਹੋ ਗਏ। ਕੱਲ੍ਹ ਰਸਮ ਰਿਵਾਜ਼ ਪੰਗਾ ਵੀ ਪਾ ਦਿੰਦੇ ਸ਼ਾਇਦ ਇਸੇ ਕਰਕੇ ਅੱਜ ਕੱਲ੍ਹ ਖਤਮ ਹੋ ਗਏ, ਜਾਂ ਉਹ ਸਮਾਂ ਬਦਲ ਗਿਆ, ਸਮਾਂ ਬਹੁਤ ਤੇਜ਼ੀ ਦੇ ਨਾਲ ਬਦਲਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਦੇ ਨਾਲ ਸਾਰਾ ਕੁਛ ਰਸਮ ਰਿਵਾਜ਼ ਜਿਹੜੇ ਉਹ ਵੀ ਇਹ ਬਦਲੇ ਹੈਗੇ। ਕੱਲ੍ਹ ਗੱਲ ਕਰਦੇ ਸੀ ਜੁੱਤੀ ਲਕੋਈ ਜਿਹੜੀ ਹੁੰਦੀ ਸੀ, ਇੱਕ ਜੁੱਤੀ ਛਪਾਈ ਦਾ ਬਹੁਤ ਅਹਿਮ ਹੁੰਦਾ ਸੀਗਾ, ਵਿਆਹ ਵਾਲੇ ਦਿਨ ਇਹ ਅਹਿਮ ਇੱਕ ਰਸਮ ਮੰਨੀ ਜਾਂਦੀ ਸੀਗੀ। ਜਿੱਦਾਂ ਕੱਲ੍ਹ ਉਹ ਫਿਰ ਕਿਤੇ ਪੰਗਾ ਪੈ ਗਿਆ, ਜੁੱਤੀ ਛਪਾਈ ਕਰ ਲਈ, ਪੈਸੇ ਦੇ ਵਾਧ ਘਾਟ ਹੋ ਗਈ, ਤਾਂ ਫਿਰ ਬਰਾਤ ਜਿਹੜੀ ਵਾਪਸ ਜਾਣੀ ਪਈ ਸੀਗੀ, ਦਾਜ ਤੂ ਜਿਹੜਾ ਮੰਗਿਆ ਸੀ ਉਹ ਵੀ ਵਾਪਸ ਕਰਕੇ ਜਾਣਾ ਪਿਆ ਸੀ ਉਹਨੂੰ, ਸ਼ਾਇਦ ਇਸੇ ਕਰਕੇ ਰਸਮ ਰਿਵਾਜ ਕਰਕੇ। ਜੁੱਤੀ 'ਚ ਵਿਆਹ ਵਾਲੇ ਦਿਨ ਤਾਂ ਕਾਫੀ ਹੁੰਦੇ ਸੀਗੇ ਜਿੱਥੋਂ ਤੱਕ ਮੈਨੂੰ ਯਾਦ ਹੈ, ਅਤੇ ਜੁੱਤੀ ਲਗਾਉਣ ਵੇਲੇ ਵੀ ਹੁੰਦਾ ਸੀ ਇੱਕ ਵੱਖਰੀ ਤਰ੍ਹਾਂ ਰਸਮ, ਇਹ ਵੀ ਆਪਾਂ ਇੱਕ ਪਹਿਲਾਂ ਡਿਸਕਸ ਕੀਤੀ ਸੀ ਗੱਲ ਕਈ ਵਾਰੀ ਕਿ ਜੁੱਤੀ ਕਿਉਂ ਲਗਾਉਂਦੇ ਸੀਗੇ। ਇੱਕ ਫਿਰ ਹੁੰਦੇ ਸੀਗੇ ਮੇਰੇ ਖਿਆਲ, ਜਦੋਂ ਕਈ ਵਾਰੀ ਤਾਂ ਮੈਂ ਵੀ ਦੇਖਿਆ ਆਨੰਦ ਕਾਰਜਾਂ ਵੇਲੇ ਸ਼ਾਇਦ ਉਹ ਬੈਠੇ ਦੇ ਬਕਸੂਆ ਵੀ ਲਾਉਂਦੇ ਸੀ, ਜਦੋਂ ਬਾਅਦ ਦੇ ਐਂਡ ਜਿਹਾ ਹੁੰਦਾ ਸੀਗਾ, ਐਂਡ 'ਤੇ ਲਾੜੇ ਦੇ ਬਕਸੂਆ ਵਗੈਰਾ ਪਿੱਛੇ ਲਾਉਂਦੇ, ਜਦੋਂ ਐਂਡ 'ਤੇ ਉੱਠਣ ਲੱਗਦੇ ਸੀ, ਪਰ ਬਾਅਦ ਦੇ ਵਿੱਚ ਉਹ ਲੱਗਦਾ ਸੀ ਵੀ ਇਹ ਤਾਂ ਨਹੀਂ ਕਰਨੀ ਚਾਹੀਦੀ ਇਹ ਗੱਲ ਸਾਨੂੰ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਤਾਂ ਫਿਰ ਸ਼ਾਇਦ ਉੱਥੋਂ ਬੰਦ ਹੋ ਕੇ ਫਿਰ ਘਰ ਜਦੋਂ ਜਾਂਦੇ ਸੀਗੇ, ਫੇਰਾ ਫੂਰਾ ਪਾਉਣ ਜਾਂਦੇ ਸੀ, ਤਾਂ ਉਦੋਂ ਫਿਰ ਬੜਾ ਕੁਛ ਹੁੰਦਾ ਸੀਗਾ। ਇੱਕ ਤਾਂ ਬਕਸੂਏ ਲਾਉਣ ਵਾਲੀ ਗੱਲ ਹੁੰਦੀ ਸੀ, ਲਾ ਦਿੰਦੇ ਸੀ ਆਰਾਮ ਜੇ ਨਾਲ, ਇੱਕ ਇਹ ਵੀ ਰਸਮ ਜਿਹੀ ਹੁੰਦੀ ਸੀਗੀ ਵੀ ਉਹ ਮੰਜੇ ਦੇ ਉੱਪਰ ਖਾਲੀ ਚਾਦਰ ਜਾਂ ਇਕੱਲੀ ਦਰੀ ਵਿਛਾ ਦਿੱਤੀ ਜਾਂਦੀ ਸੀ, ਮੰਜਾ ਵਿੱਚ ਹੁੰਦਾ ਨਹੀਂ ਸੀ, ਮੰਜੇ ਤੋਂ ਭਾਵ ਮਤਲਬ ਵਾਣ ਵਿੱਚ ਹੁੰਦਾ ਨਹੀਂ ਸੀਗਾ, ਉਹ ਕਈ ਵਾਰੀ ਮੁੰਡਾ ਡਿੱਗ ਜਾਂਦਾ ਹੁੰਦਾ ਸੀ, ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਕਈਆਂ ਲੋਕਾਂ ਨੂੰ ਪਾਇਆ, ਇਹ ਵੀ ਇੱਕ ਰਸਮ ਰਿਵਾਜ਼ ਹੁੰਦਾ ਸੀਗਾ। ਮਤਲਬ ਸਾਲੀਆਂ ਅਤੇ ਜੀਜਿਆਂ ਦੇ ਕਿਹੜੇ ਕਿਹੜੇ ਰਸਮ ਰਿਵਾਜ਼ ਹੁੰਦੇ ਸੀ ਉਹਦੀ ਆਪਾਂ ਅੱਜ ਕੱਲ੍ਹ ਕਰਨੀ ਹੈ। ਬਹੁਤ ਰਸਮ ਰਿਵਾਜ਼ ਹੁੰਦੇ ਸੀ, ਬਾਕੀ ਅੱਜ ਕੱਲ੍ਹ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ ਸਾਲੀਆਂ ਜੀਜਿਆਂ ਦਾ। ਅੱਜ ਕੱਲ੍ਹ ਮੇਰੇ ਖਿਆਲ ਇੱਕ ਰੀਬਨ ਕਟਾਈ ਦਾ ਜਿਹੜਾ ਉਹ ਰਿਵਾਜ਼ ਤਾਂ ਬਚਿਆ ਹੋਇਆ ਹੈਗਾ ਹਜੇ, ਜਿਹੜਾ ਜੀਜੇ ਸਾਲੀਆਂ ਨਾਲ ਸੰਬੰਧਿਤ ਹੈਗਾ, ਅਤੇ ਬਾਕੀ ਜੁੱਤੀ ਚੱਕਣ ਵਾਲਾ ਵੀ ਅੱਜ ਕੱਲ੍ਹ ਬੜਾ ਨਹੀਂ ਕਿਤੇ ਦੇਖਿਆ ਸੁਣਿਆ ਜਾਂਦਾ, ਜਾਂ ਅੱਜ ਕੱਲ੍ਹ ਇਹ ਹੁੰਦਾ ਕਿ ਅੱਜ ਕੱਲ੍ਹ ਵੈਸੇ ਹੀ ਰਜਾਮੰਦੀ ਦੇ ਨਾਲ ਚਲੋ ਜੀ ਭਾਈ ਜੁੱਤੀ ਚੁਕਾਈ ਦਾ ਸ਼ਗਨ ਜਿਹੜਾ ਹੈਗਾ ਉਹ ਦੇ ਦਿਓ, ਐਵੇਂ ਖੱਪ ਖਾਨਾ ਨਾ ਕਰੋ। ਪਰ ਉਸ ਸਮੇਂ ਖੱਪ ਖਾਨਾ ਹੁੰਦਾ ਵੀ ਬਹੁਤ ਸੀ ਕਈ ਜਗ੍ਹਾ, ਜਦੋਂ ਵਿੱਚ ਜੇ ਸੀਗੇ ਬਾਹਲੇ ਵਿਆਹਾਂ ਦੇ ਵਿੱਚ, ਤਾਂ ਮੰਡੀਰ ਗਰਦੀ ਜਿਹੜੀ ਹੈ ਉਹ ਬਹੁਤ ਸਾਰੇ ਲੜਾਈਆਂ ਹੋ ਜਾਂਦੀਆਂ ਸੀ, ਇਸ ਕਾਰਨ ਕਿ ਰੀਬਨ ਕਟਾਉਣ ਵੇਲੇ ਧੱਕੇ ਨਾਲ ਅੰਦਰ ਜਾ ਵੜਨਾ, ਰੀਬਨ ਚੱਕ ਕੇ ਪਾਸੇ ਕਰਕੇ ਜਾ ਵੜਨਾ, ਗੁੰਡਾਗਰਦੀ ਦੇ ਨਾਲ ਅੰਦਰ ਜਾ ਵੜਨਾ, ਤਾਂ ਫਿਰ ਬਹੁਤ ਸਾਰੀ ਜਗ੍ਹਾ ਲੜਾਈਆਂ ਹੋ ਜਾਂਦੀਆਂ ਸੀਗੀਆਂ। ਸੋ ਇਹ ਚੀਜ਼ਾਂ ਰੀਬਨ ਵਾਲੀ ਨੂੰ ਛੱਡ ਕੇ ਬਾਕੀ ਮੇਰੇ ਖਿਆਲ ਬਹੁਤ ਘੱਟ ਗਈਆਂ, ਹੋ ਸਕਦਾ ਕੁਛ ਇੱਕ ਪਿੰਡਾਂ ਦੇ ਵਿੱਚ ਹੋਣ। ਇੱਕ ਹੋਰ ਰਸਮ ਹੁੰਦੀ ਸੀ, ਚਲੋ ਉਹ ਸਿੱਠਣੀਆਂ ਵਗੈਰਾ ਦਾ ਦੌਰ ਵੀ ਹੁੰਦਾ ਸੀਗਾ ਪਹਿਲਾਂ, ਉਹ ਵੀ ਅੱਜ ਕੱਲ੍ਹ ਨਹੀਂ ਰਹਿ ਗਿਆ, ਬਹੁਤ ਸਾਰੇ ਪਿੰਡਾਂ ਦੇ ਵਿੱਚ ਹੈਗਾ। ਪਰ ਇੱਕ ਹੋਰ ਜਿਹੜੀ ਮੈਂ ਰਸਮ ਦੀ ਗੱਲ ਕਰਨ ਲੱਗਿਆ ਉਹ ਹੁੰਦੀ ਸੀ ਛੰਦ ਸੁਣਾਉਣ ਦੀ। ਸਾਡੇ ਵੇਲੇ ਤਾਂ ਖੈਰ ਨਹੀਂ ਸੀਗੀ, ਪਹਿਲੇ ਸਮੇਂ ਦੇ ਵਿੱਚ ਹੁੰਦੀ ਸੀ, ਕਿੱਦਾਂ ਦੀ ਹੁੰਦੀ ਸੀ ਨਹੀਂ ਹੁੰਦੀ ਸੀ, ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਚੇਤਾ ਆ ਗਿਆ ਹੋਊਗਾ ਆਪਣਾ ਪੁਰਾਣਾ ਸਮਾਂ, ਕਿਉਂਕਿ ਹਰ ਇੱਕ ਜੀਜਾ ਵੀ ਬਣਿਆ ਹੋਊਗਾ, ਬਹੁਤ ਸਾਰੀਆਂ ਲੇਡੀ ਜਿਹੜੀਆਂ ਹੈਗੀਆਂ ਉਹ ਵੀ ਕਿਤੇ ਨਾ ਕਿਤੇ ਸਾਲੀਆਂ ਦਾ ਜਿਹੜਾ ਰੂਪ ਅਖਤਿਆਰ ਕਰਦੀਆਂ ਹੁੰਦੀਆਂ ਉਹ ਵੀ ਕੀਤਾ ਹੋਊਗਾ। ਸੋ ਇਹ ਮਾਹੌਲ ਜਿਹੜਾ ਹੁੰਦਾ ਸੀ ਪਹਿਲੇ ਸਮਿਆਂ ਦੇ ਵਿੱਚ, ਉਹਦੇ 'ਚ ਮੈਂ ਗੱਲ ਕਰਨ ਲੱਗਿਆ ਵੀ ਛੰਦ ਸੁਣਾਉਣ ਦੀ ਇੱਕ ਰਸਮ ਕਹਿੰਦੇ ਹੁੰਦੀ ਸੀ, ਵੀ ਜੀਜੇ ਨੂੰ ਛੰਦ ਸੁਣਾਉਣ ਵਾਸਤੇ ਕਿਹਾ ਜਾਂਦਾ ਸੀਗਾ। ਅਤੇ ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ, ਆਮ ਤੌਰ 'ਤੇ ਵਿਆਹ ਵਾਲੇ ਦਿਨ ਤਾਂ ਬੰਦੇ ਕੋਲ ਵੈਸੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲਦੀ ਸੀ, ਉਦੋਂ ਇੰਨਾ ਸੰਗਦੇ ਹੁੰਦੇ ਸੀ ਪਹਿਲੇ ਸਮਿਆਂ ਦੇ ਵਿੱਚ, ਕੁੜੀ ਨੂੰ ਗੱਲ ਛੱਡੋ ਮੁੰਡੇ ਨੂੰ ਕੋਈ ਦੇਖਣ ਜਾ ਜਾਂਦਾ ਸੀ ਪਿੰਡ ਦੇ ਵਿੱਚ, ਤਾਂ ਮੁੰਡਾ ਬੂਹੇ ਪਿੱਛੇ ਲੁੱਕ ਕੇ ਤਾਂ ਨੌਂ ਅੱਧਿਓਂ ਵੱਧ ਨੌਂ ਚੱਬ ਜਾਂਦਾ ਸੀ, ਅਤੇ ਕੁੜੀ ਨੂੰ ਕੋਈ ਦੇਖਣੇ ਤਾਂ ਕੁੜੀ ਅੱਧਿਓਂ ਵੱਧ ਚੁੰਨੀ ਖਾ ਜਾਂਦੀ ਸੀ ਸ਼ਰਮ ਦੇ ਮਾਰੇ। ਉਸ ਸਮੇਂ ਦੀ ਆਪਾਂ ਗੱਲ ਕਰਦੇ ਹਾਂ, ਉਸ ਸਮੇਂ 'ਤੇ ਦੇਖ ਦਿਖਾਈਆ ਕੁਛ ਹੁੰਦਾ ਨਹੀਂ ਸੀ, ਦੇਖ ਦਿਖਾਈਆ ਤਾਂ ਬਹੁਤ ਦੂਰ ਦੀ ਗੱਲ ਹੈ, ਫੋਟੋ ਦੀਆਂ ਦੀਆਂ ਅਦਲਾ ਬਦਲੀ ਆ ਉਹ ਵੀ ਕਹਿੰਦੇ ਬਿਲਕੁਲ ਨਹੀਂ ਹੁੰਦੀ ਸੀ। ਫਿਰ ਸਾਲੀਆਂ ਵਿਆਹ ਵਾਲੇ ਮੁੰਡੇ ਨੂੰ ਫਰਮਾਇਸ਼ ਕਰਦੀਆਂ ਕਿ ਜੀਜਾ ਜੀ ਛੰਦ ਸੁਣਾਓ। ਉਹ ਛੰਦ ਕਿਹੜੇ ਹੁੰਦੇ ਸੀ,
ਜਾਂ ਉਹ ਕਿਉਂ ਸੁਣਾਉਣ ਵਾਸਤੇ ਕਿਹਾ ਜਾਂਦਾ ਸੀ। ਇਹ ਆਪਾਂ ਗੱਲ ਕਰਨੀ ਹੈ ਵਜੀਜੇ ਅਤੇ ਸਾਲੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਕੋਈ ਰਸਮਾਂ ਹੁੰਦੀਆਂ ਸੀਗੀਆਂ ਕਹਿ ਲਓ, ਉਹ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ, ਕਿਉਂ ਹੁੰਦੀਆਂ ਸੀ, ਅਤੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਖਾਸ ਤੌਰ 'ਤੇ ਛੰਦ ਸੁਣਾਉਣ ਦੀ ਜਿਹੜੀ ਮੈਂ ਗੱਲ ਕੀਤੀ ਹੈ। ਅਦਰਵਾਈਜ਼ ਛੰਦ ਦੀ ਗੱਲ ਕਰੀਏ ਤਾਂ 72 ਕਲਾ ਛੰਦ, 72 ਕਲਾ ਛੰਦ ਦੀ ਇੱਕ ਵੱਖਰੀ ਬਹਿਰ ਹੁੰਦੀ ਹੈ, ਵੱਖਰਾ ਉਹਦਾ ਸਟਾਈਲ ਹੁੰਦਾ ਬੋਲਣ ਦਾ। ਅਤੇ ਉਹ ਬਾਬੂ ਰਜਬ ਅਲੀ ਸਾਹਿਬ ਨੇ ਉਹਦੀ ਕਾਢ ਕੱਢੀ ਸੀ 72 ਕਲੇ ਛੰਦ ਦੀ। ਉਸ ਤੋਂ ਬਾਅਦ ਬਹੁਤ ਸਾਰੇ ਕਵਿਸ਼ਰਾਂ ਨੇ, ਬਹੁਤ ਸਾਰੇ ਕਲਾਕਾਰਾਂ ਨੇ ਉਸ ਛੰਦ ਨੂੰ ਗਾਇਆ। ਪਰ ਅਸੀਂ ਜਿਹੜੀ ਗੱਲ ਕਰਦੇ 72 ਕਲੇ ਦੀ ਨਹੀਂ, ਆਪਾਂ ਛੰਦ ਪਰਾਗੇ, ਪਹਿਲੀ ਲਾਈਨ ਉਹਦੀ ਇਹੀ ਹੁੰਦੀ ਸੀ, ਛੰਦ ਪਰਾਗੇ ਆਈਏ ਜਾਈਏ। ਅਗਲੀ ਲਾਈਨ ਫਿਰ ਇਹਦਾ ਬਲੈਂਕਸ, ਫਿਰ ਉਹ ਲਾਈਨ ਦੇ ਵਿੱਚ ਗੱਲ ਕਰਕੇ ਤਾਂ ਫਿਰ ਜਿਹੜਾ ਵਿਆਹ ਵਾਲਾ ਮੁੰਡਾ ਉਹਨੂੰ ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਜਵਾਬ ਦੇਣਾ ਪੈਂਦਾ ਸੀਗਾ। ਅਗਰ ਅੱਜ ਝਾਤੀ ਮਾਰੀਏ ਉਹਨਾਂ ਰਸਮੋ ਰਿਵਾਜ਼ਾਂ 'ਤੇ ਤਾਂ ਨਿਆਣਿਆਂ ਨੂੰ ਜੋ ਦੱਸੀਏ ਇਹ, ਤਾਂ ਨਿਆਣੇ ਤਾਂ ਕਹਿੰਦੇ ਮੈਨੂੰ ਵੈਰੀ ਫਨੀ, ਨਿਆਣੇ ਤਾਂ ਕਹਿੰਦੇ ਹੁਣ ਨੋ 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 ਨੋ, ਇੱਦਾਂ ਥੋੜ੍ਹੀ ਹੁੰਦਾ ਹੋਊਗਾ। ਪਰ ਇਹ ਹੈਗਾ ਨਿਆਣਿਆਂ ਨੂੰ, ਬੱਚਿਆਂ ਨੂੰ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ, ਇਹ ਸਾਰੀਆਂ ਚੀਜ਼ਾਂ ਇਸੇ ਪੰਜਾਬ ਦੇ ਵਿੱਚ ਹੀ ਸੀਗੀਆਂ, ਇਸੇ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਦੇ ਜਦੋਂ ਵਿਆਹ ਹੁੰਦੇ ਸੀ ਤਾਂ ਕਈ ਕਈ ਦਿਨ ਬਰਾਤ ਠਹਿਰਦੀ ਸੀ, ਕਈ ਕਈ ਦਿਨ ਸ਼ੁਗਲ ਮੇਲਾ ਰਹਿੰਦਾ ਸੀ, ਮਹੀਨਾ ਮਹੀਨਾ ਘਰ ਦੇ ਵਿੱਚ ਵਿਆਹ ਵਾਲੇ ਵਿੱਚ ਰੌਣਕ ਰਹਿੰਦੀ ਸੀ, ਪਤਾ ਲੱਗਦਾ ਸੀ। ਅੱਜ ਕੱਲ੍ਹ ਵਿਆਹ ਵਾਲੇ ਘਰ ਦਾ ਤਾਂ ਪਤਾ ਲੱਗਦਾ ਹੀ ਨਹੀਂ ਹੈਗਾ, ਅਤੇ ਬਾਹਰ ਜਿਹੜੇ ਹੈਗੇ ਨੇ ਉਹੀ ਪਤਾ ਲੱਗਦਾ, ਪੈਲਸਾਂ ਪੁਲਸਾਂ ਦਾ ਪਤਾ ਲੱਗਦਾ। ਪਰ ਉਸ ਸਮੇਂ ਇਹ ਚੀਜ਼ਾਂ ਵਾਕਈ ਹੁੰਦੀਆਂ ਸੀਗੀਆਂ। ਸੋ ਰਸਮਾਂ ਰਿਵਾਜ਼ਾਂ ਜਿਹੜੀਆਂ ਉਹਨਾਂ ਨੂੰ ਯਾਦ ਕਰਾਉਣ ਦਾ ਮਤਲਬ ਇਹ ਨਹੀਂ ਕਿ ਅੱਜ ਵੀ ਹੋਣ ਤਾਂ ਬੜਾ ਮੈਨੂੰ ਲੱਗਦਾ ਚੰਗਾ ਲੱਗੂਗਾ। ਪਰ ਅੱਜ ਕੱਲ੍ਹ ਹੁਣ DJ ਜਿਹੜਾ ਹੁੰਦਾ, ਨਾਮ ਲਿਖਿਆ ਹੁੰਦਾ ਕਾਰਡ ਦੇ ਉੱਪਰ, ਲੇਡੀਜ਼ ਸੰਗੀਤ ਸ਼ਾਮੀ 6:30 ਵਜੇ। ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਗਾਉਣ ਕਹਿੰਦੇ ਸੀ ਵੀ ਗਾਉਣ ਬਿਠਾਉਣਾ, 9 ਵਜੇ ਗਾਉਣ ਬਿਠਾਉਣਾ। ਉਦੋਂ ਸੱਚੀ ਮੁੱਚੀ ਲੇਡੀਜ਼ ਹੁੰਦੀਆਂ ਸੀਗੀਆਂ, ਲੇਡੀਜ਼ ਹੀ ਗਾਉਂਦੀਆਂ ਸੀਗੀਆਂ, ਬੰਦੇ ਆਪਣਾ ਕੰਮ ਕਾਰ ਕਰਦੇ ਸੀਗੇ, ਅਤੇ ਲੇਡੀਜ਼ ਦਾ ਵਾਕਿਆ ਹੀ ਉਹਨੂੰ ਲੇਡੀਜ਼ ਸੰਗੀਤ ਕਿਹਾ ਜਾਂਦਾ ਸੀ। ਪੰਜਾਬ ਇੰਗਲਿਸ਼ ਦੇ ਵਿੱਚ ਲੇਡੀਜ਼ ਸੰਗੀਤ, ਅਤੇ ਪੰਜਾਬੀ ਦੇ ਵਿੱਚ ਵੀ ਗਾਉਣ ਬਿਠਾਉਣਾ ਅੱਜ ਫਲਾਨਿਆਂ ਦੇ ਘਰ। ਉਹ ਚੀਜ਼ਾਂ ਅੱਜ ਜਿਹੜੀਆਂ ਖਤਮ ਹੋ ਗਈਆਂ। ਲੇਡੀਜ਼ ਸੰਗੀਤ ਨਾਮ ਲਿਖਿਆ ਹੁੰਦਾ ਕਾਰਡ 'ਤੇ 6:30 ਵਜੇ, ਤਾਂ ਉੱਥੇ ਲੇਡੀਜ਼ ਦਾ ਕੋਈ ਮਤਲਬ ਨਹੀਂ, ਸੰਗੀਤ ਦਾ ਕੋਈ ਮਤਲਬ ਨਹੀਂ, DJ ਲੱਗਿਆ ਹੁੰਦਾ ਪੂਰਾ ਐਨ। ਫਿਰ ਹੁਣ ਲੇਡੀਜ਼ ਸੰਗੀਤ ਦੀ ਬਜਾਏ ਉਹਨੂੰ ਜਾਗੋ ਕਰਤਾ, ਵੀ ਜਾਗੋ ਹੁੰਦੀ, ਜਾਗੋ ਦੇ ਵਿੱਚ ਚਲੋ DJ ਲੱਗਿਆ ਹੁੰਦਾ ਤਾਂ ਆਪੋ ਆਪਣਾ ਕੰਮ ਕਰ, ਜਿਹੜਾ ਸਾਰੇ ਉਹ ਗੱਲਾਂ ਬਾਤਾਂ ਕਰਦੇ ਨੇ, ਸ਼ੁਗਲ ਮੇਲਾ ਕਰਦੇ ਨੇ। ਅਤੇ ਮੇਰੇ ਖਿਆਲ ਕਾਲਾਂ ਤੁਹਾਡੀਆਂ ਕਾਫੀ ਆਉਣੀਆਂ ਸ਼ੁਰੂ ਹੋ ਗਈਆਂ, ਤੁਸੀਂ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਛੰਦ ਸੁਣਾਉਣੇ ਵੀ ਪੈਣੇ ਆ, ਅਤੇ ਜਿਹੜਾ ਕੋਈ ਕਿਸੇ ਨੇ ਸੁਣਾਇਆ ਹੋਵੇ ਜਾਂ ਕਿਸੇ ਬੀਬੀ ਭੈਣ ਨੇ ਸੁਣਨ ਦੀ ਫਰਮਾਇਸ਼ ਕੀਤੀ ਹੋਵੇ ਆਪਣੇ ਜੀਜੇ ਨੂੰ, ਉਹ ਵੀ ਜ਼ਰੂਰ ਚੇਤਾ ਹੋਵੇ। ਪਰ ਇਹੋ ਜਿਹੀ ਗੱਲ ਚੇਤਾ ਬੜੀ ਵਧੀਆ ਆ ਜਾਂਦੀ ਹੁੰਦੀ, ਬਹੁਤ ਚੰਗੇ ਸਮੇਂ ਹੁੰਦੇ ਸੀ, ਬੜਾ ਵਧੀਆ ਮਾਹੌਲ ਹੁੰਦਾ ਸੀ। ਅੱਜ ਕੱਲ੍ਹ ਤਾਂ ਜੁੱਤੀ ਲਗਾਈ ਤਾਂ ਦੇਖੋ ਸਿਆਪਾ ਪੈ ਗਿਆ, ਐਡਾ ਬਰਾਤ ਵਾਪਸ ਚਲ ਗਈ, ਕੋਈ ਕਿਸੇ ਨੂੰ ਮਜ਼ਾਕ ਕਰ ਦਿੰਦਾ ਤਾਂ ਉਹ ਮਜ਼ਾਕ ਅੱਜ ਕੱਲ੍ਹ ਸਹਿਣ ਨਹੀਂ ਹੁੰਦਾ ਕਿਸੇ ਕੋਲੋਂ, ਪਤਾ ਨਹੀਂ ਕਿਉਂ। ਸ਼ਾਇਦ ਇਸੇ ਕਰਕੇ ਵਿਆਹਾਂ ਦੇ ਵਿੱਚ ਰੀਤੀ ਰਿਵਾਜ਼ ਜਿਹੜੇ ਇਹ ਖਤਮ ਹੋ ਗਏ ਨੇ। ਬ੍ਰੇਕ ਤੋਂ ਬਾਅਦ ਤੁਹਾਡੀਆਂ ਨਾਲੇ ਕਾਲਾਂ ਲਵਾਂਗੇ, ਨਾਲੇ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖਾਦ, ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖਾਦ, ਤੁਹਾਡਾ ਸਭ ਦਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ, ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਬੜਾ ਵਧੀਆ ਮੇਲਾ ਦਾ ਮਾਹੌਲ ਰਹੂਗਾ ਅੱਜ। ਕੀ ਵਿਚਾਰ ਨੇ ਤੁਹਾਡੇ? ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੌਣ ਬੋਲਦੇ? ਮੈਂ ਭਾਜੀ ਇੱਥੋਂ ਕੈਲੀਫੋਰਨੀਆ ਤੋਂ ਬੋਲਦਾ ਸੀ। ਹਾਂਜੀ ਭਾਜੀ, ਕੀ ਨਾਮ, ਕੀ ਤੁਹਾਡਾ? ਮੇਰਾ ਨਾਮ ਪਰਮਜੀਤ। ਹਾਂਜੀ ਪਰਮਜੀਤ ਜੀ, ਕੀ ਕਹਿਣਾ ਚਾਹੁੰਦੇ? ਪੁਰਾਣੇ ਰੀਤੀ ਰਿਵਾਜ਼ਾਂ ਦੀ ਅਸੀਂ ਅੱਜ ਗੱਲ ਕਰੀ ਹੈ। ਹੈਲੋ ਭਾਜੀ, ਤੁਹਾਡੀ ਆਵਾਜ਼ ਨਹੀਂ ਜਾਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਮੇਰੇ ਖਿਆਲ ਦੇ ਵਿੱਚ। ਹੈਲੋ ਹੈਲੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ। ਕੀ ਹਾਲ ਚਾਲ ਆ ਜਗੀ ਵੀਰੇ? ਵਧੀਆ ਵਧੀਆ, ਤੁਸੀਂ ਸੁਣਾਓ? ਫਿਰ ਸੁਣਾਏ ਸੀ ਛੰਦ ਵਗੈਰਾ ਕੋਈ ਕਿ ਨਹੀਂ ਸੀਗਾ? ਹਾਂਜੀ, ਛੰਦ ਵਗੈਰਾ ਵਿਆਹਾਂ ਦੇ ਵਿੱਚ, ਛੰਦ ਪਰਾਗੇ ਆਈਏ ਜਾਈਏ ਦਾ ਇੱਕ ਮਾਹੌਲ ਹੁੰਦਾ ਸੀ। ਹਾਂਜੀ, ਤੇ ਉਹ ਪਿਆ ਵਾਹ ਕਿ ਨਹੀਂ ਪਿਆ? ਨਹੀਂ, ਉਦੋਂ ਤਾਂ ਪੈਂਦਾ ਰਹਿੰਦਾ ਸੀ, ਪਰ ਇੰਨੇ ਤਾਂ ਉਹ ਨਾਲ ਦੇ ਫਿਰ ਸੁਣਾਉਂਦੇ ਸੁਣਾਉਂਦੇ ਸੀ ਮੁੰਡੇ ਦਾ, ਕਿੱਥੇ ਤੇਰੇ ਕਹਿਣਾ ਮੂੰਹ ਨਾਲ ਹੀ ਖੋਲਦਾ ਤਾ ਵਿਚਾਰੇ ਦੇ ਨਾਲ ਕੁੜੀ ਦਾ, ਤੇ ਉਹ ਫਿਰ ਜਿੱਦਾਂ ਸੁਣਾਉਂਦੇ ਸੁਣਾਉਂਦੇ ਸੀਗੇ ਨਾਲ ਦੇ ਜਿਹੜੇ ਹੁੰਦੇ ਸੀ, ਕਈ ਸ਼ਰਾਰਤੀ ਜਿਹੜੇ ਪੜ੍ਹੇ ਲਿਖੇ ਕਮੇਡੀਅਨ ਵੀ ਨਾਲ ਇੱਕ ਦੋ ਹੁੰਦੇ ਸੀ,
ਹਾਂਜੀ ਹਾਂਜੀ ਉਹ ਫਿਰ ਸੁਣਾਉਂਦੇ ਸੀ। ਨਹੀਂ ਇਹ ਹੁੰਦਾ ਕਿ ਉਸੀ ਮਾਹੌਲ ਹੈ ਛੰਦ ਪਰਾਗੇ ਦਾ ਕੀ ਰਿਵਾਜ਼ ਸੀ, ਕਿਵੇਂ ਮਤਲਬ ਇਹਨੂੰ ਕਹਿ ਸਕਦੇ, ਕਿਸ ਰਸਮ ਨਾਲ ਜੋੜ ਸਕਦੇ, ਕਾਹਦੇ ਨਾਲ ਜੋੜ ਸਕਦੇ ਨੇ ਤੁਹਾਡੇ ਹਿਸਾਬ ਨਾਲ? ਇੰਟਰਮੈਂਟ ਜਾਂ ਕੀ ਤੁਸੀਂ ਕਹਿੰਦੇ ਇਹ ਕਹਿ ਲਓ, ਉਸ ਵੇਲੇ ਕਿਹੜਾ ਕੋਈ ਨੈੱਟ ਨਾ ਸੀ, ਕੋਈ ਹੋਰ ਨਾ ਸੀ, ਸਾਰੇ ਇਹ ਮਤਲਬ ਕਿਤੇ ਵਿਆਹ ਸ਼ਾਦੀਆਂ ਜਾਂ ਕੋਈ ਹੋਰ ਏਦਾਂ ਘਰਾਂ ਜਿਹੜੇ ਕੜਮਾਈਆਂ ਕਰਮੀਆਂ ਇਹੀ ਹੁੰਦਾ ਸੀ ਉਦੋਂ, ਹੋਰ ਤਾਂ ਕੋਈ ਜੱਗੀ ਵੀ ਸਾਧਨ ਸੀ ਹੁੰਦਾ ਜਦੋਂ ਇਕੱਠੇ ਹੋਣ ਦਾ ਤੇ? ਉਦੋਂ ਟਾਈਮ ਹੁੰਦਾ ਸੀ ਖੁੱਲਾ, ਫਿਰ ਵੀ ਸਾਰਾ ਕੁਛ ਹੁੰਦਾ ਸੀ। ਅੱਜ ਕੱਲ੍ਹ ਤਾਂ ਬਹੁਤ ਸਾਰੇ ਵਿਆਹਾਂ ਦੇ ਵਿੱਚ ਗਏ ਆ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਵੀ ਇਹੀ ਕੰਨ 'ਚ ਜਾ ਕੇ ਕਹਿੰਦਾ ਵੀ ਭਾਅ ਜੀ ਤੁਸੀਂ ਇਹ ਨਾ ਉਹ ਨਾ ਰੱਖਿਓ ਪਰਿਕਰਮਾ ਵਗੈਰਾ ਦਾ, ਟਾਈਮ ਬਹੁਤ ਲੱਗ ਜਾਣਾ, ਬਰਾਤ ਪਹਿਲਾਂ ਬਹੁਤ ਲੇਟ ਆ। ਮੈਂ ਤੈਨੂੰ ਦੱਸਦਾ ਸਾਡੇ ਭਾਣਜੇ ਦੇ ਵੈਸੇ ਅਹਿਮਦਗੜ੍ਹ ਮੰਡੀ ਤੇ ਉੱਥੇ ਚਲੇ ਗਏ, ਉਹ ਪਹਿਲਾਂ ਤਾਂ ਉਹ ਗੁਰਦੁਆਰੇ ਗਏ ਥੋੜੇ ਜਿਹੇ ਬੰਦੇ, ਤਾਂ ਫਿਰ ਉਹ 8 ਵਜੇ ਦੀ ਉਹਨੇ ਉਹ ਡਾਂਸਰਾਂ ਲਾ ਦਿੱਤੀਆਂ ਸੀ ਉੱਧਰ ਤੇ ਗੁਰਦੁਆਰੇ, ਫਿਰ ਕਹਿਣ ਜਾਣਾ ਸੀ ਉੱਥੇ ਸ਼ਰਾਬ ਚੱਲਣ ਲੱਗ ਪਿਆ 8 ਵਜੇ ਹੀ, ਤੇ ਉਹ ਜਦ ਗੁਰਦੁਆਰੇ ਭਾਈ ਉਹ ਇੱਕ ਮੁੰਡਾ ਜਿਹੜਾ ਕੁੜੀ ਦਾ ਭਰਾ ਸੀ ਉਹ ਭਾਈ ਦੇ ਕੰਨ ਜਾ ਜਾ ਤੁਹਾਡੇ ਨੂੰ ਕਹੀ ਜਾਵੇ, ਮੁੜ ਕੇ ਉਹ ਸਾਡੇ ਮੁੰਡੇ ਦਾ ਤਾਇਆ ਬੋਲਣ ਲੱਗ ਪਿਆ, ਉਦੋਂ ਬਾਅਦ ਸਾਡੇ ਬਾਪੂ ਜੀ ਨੂੰ 2 ਮਿੰਟ ਦੇ ਉੱਤੇ ਉਹ ਮੇਰੇ ਕੰਨ 'ਚ ਆ ਕੇ ਕਹਿੰਦਾ ਯਾਰ ਆ ਬੁੜੇ ਜਿਹਾ ਇਹਨੂੰ ਉਠਾਓ, ਹੁਣ ਇਹਨੂੰ ਲਾ ਤਾਇਆ ਤੁਸੀਂ, ਹੁਣ ਸਾਡਾ ਉੱਧਰ ਕੰਮ ਪੁੱਛ। ਅੱਛਾ ਤੇ ਇਹ ਤਾਂ ਚਲੋ ਇਹ ਹੋਰ ਕਾਰਨ ਨਾ, ਵੈਸੇ ਆਮ ਤੌਰ 'ਤੇ ਹੁੰਦਾ ਸੀ ਕਿ ਬਰਾਤ ਪੈਲਸ ਦੇ ਵਿੱਚ ਜਾਂਦੀ ਸੀ ਚਾਹ ਪਾਣੀ ਪੀ ਕੇ ਅਤੇ ਫਿਰ ਆਨੰਦ ਕਾਰਜਾਂ ਵਾਸਤੇ ਜਾਂਦੇ ਸੀਗੇ। ਹਾਂਜੀ ਉੱਥੇ ਫਿਰ ਹੁਣ ਥੋੜੇ ਹੀ ਬੰਦੇ ਜਾਂਦੇ ਆ, ਕਿ ਤੂੰ ਤਾਂ ਹੁਣ ਦੇਖੇ ਆ ਹੋਣਾ 5-7 ਬੰਦੇ ਹੀ ਜਾਂਦੇ ਆ, ਬਾਕੀ ਤਾਂ ਉੱਥੇ ਉਹ ਜਿੱਥੇ ਉਹ ਚੱਲਦਾ ਹੁੰਦਾ ਉੱਥੇ ਲੱਗ ਪੈਂਦਾ ਕੰਮ ਕਰਨ ਜੀ। ਇਹ ਛੰਦ ਪਰਾਗੇ ਬਾਰੇ ਕੁਝ ਹੈਗੀ ਜਾਣਕਾਰੀ ਤਾਂ ਦਿਓ ਜ਼ਰੂਰ, ਕਿਵੇਂ ਮੈਂ ਜੇ ਕਹੀਏ ਆਪਾਂ ਛੰਦ ਪਰਾਗੇ ਆਈਏ ਜਾਈਏ। ਇਹ ਬਸ ਉਸ ਵੇਲੇ ਦਾ ਕਹਿ ਲਓ ਕੋਈ ਖੁਸ਼ੀ ਦਾ ਮਾਹੌਲ ਜਾਂ ਕਿੱਦਾਂ, ਜੇ ਤੱਕ ਪੁਰਾਣੀਆਂ ਬੀਬੀਆਂ ਕੋਈ ਦੱਸ ਸਕਦੀਆਂ ਛੰਦ, ਮੈਂ ਤੈਨੂੰ 1-2 ਸੁਣਾਉਂਦਾ। ਸੁਣਾਓ ਜੀ। ਕਹਿੰਦੇ ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ, ਤੁਸੀਂ ਮੇਰੀਆਂ ਭੈਣਾਂ ਤੇ ਮੈਂ ਤੁਹਾਡਾ ਵੀਰਾ। ਅੱਛਾ ਅੱਛਾ ਅੱਛਾ। ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਿੱਛ, ਛੰਦ ਪਰਾਗੇ ਕੇਸਰ, ਸੱਸ ਤਾਂ ਮੇਰੀ ਪਾਰਵਤੀ, ਸਹੁਰਾ ਮੇਰਾ ਪਰਮੇਸ਼ਰ। ਮਤਲਬ ਇਹ ਤਰੀਫ ਹੁੰਦੇ ਸੀ ਹੈ ਜੀ? ਹਾਂਜੀ ਹਾਂਜੀ, ਇਹ ਤੋਂ ਮਤਲਬ ਸੁਭਾਅ ਦਾ ਪਤਾ ਲੱਗ ਜਾਂਦਾ ਸੀ ਵਿਆਹ। ਬਿਲਕੁਲ, ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਘਿਓ, ਸੱਸ ਹੋਈ ਮੇਰੀ ਮਾਂ, ਜਿੱਤੋਂ ਸਹੁਰਾ ਮੇਰਾ ਪਿਓ। ਅੱਛਾ ਇਹੋ ਜਿਹਾ ਛੰਦ। ਹਾਂ ਛੰਦ ਪਰਾਗੇ ਥਾਲੀ, ਹੋਰ ਛੰਦ ਮੈਂ ਤਾਂ ਸੁਣਾਵਾਂ, ਜੇ ਹੱਥ ਜੋੜੇ ਸਾਲੀ। ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ, ਇੱਕ ਤੂੰ ਤਾਂ ਅਸੀਂ ਲੈ ਹਾਂ ਚੱਲੇ, ਇੱਕ ਸਾਕ ਹੋਰ ਲੈਣਾ ਲੈਣਾ। ਹਾਂ ਇਹਨੂੰ ਮੇਰੇ ਖਿਆਲ ਉਦੋਂ ਕਹਿੰਦੇ ਜੀ। ਹਾਂਜੀ ਮੜਾ ਹੋਲਡ ਪਰ ਅੱਗੇ ਮੜਾ ਹੋਲਡ ਰੱਖੋ, ਮੜਾ ਹੋਲਡ ਰੱਖੋ। ਹਾਂਜੀ ਸੁਰਿੰਦਰ ਸਿੰਘ ਜੀ, ਅਗਲਾ ਛੰਦ ਤੁਸੀਂ ਤਾਂ ਵਾਵਾ ਲਹਿਰ ਲਾਤੀ। ਕਹਿੰਦੇ ਛੰਦ ਪਰ ਅੱਗੇ ਆਈਏ ਜਾਈਏ, ਛੰਦ ਪਰ ਅੱਗੇ ਗਹਿਣਾ, ਇੱਕ ਨੂੰ ਤਾਂ ਅਸੀਂ ਲੈ ਹਾਂ ਚੱਲੇ, ਇੱਕ ਸਾਕ ਹੋਰ ਲੈਣਾ, ਛੰਦ ਪਰ ਅੱਗੇ ਆਈਏ ਜਾਈਏ, ਛੰਦ ਪਰ ਅੱਗੇ ਗਹਿਣਾ, ਛੇਤੀ ਛੇਤੀ ਤੋੜੋ ਸਾਨੂੰ, ਹੋਰ ਨਹੀਂ ਹੁਣ ਅਸੀਂ ਬਹਿਣਾ, ਛੰਦ ਪਰ ਅੱਗੇ ਆਈਏ ਜਾਈਏ, ਛੰਦ ਪਰ ਅੱਗੇ ਤਾਰ, ਸ਼ਕੀਨ ਭਾਨੀਆਂ ਮਾਰਦੇ ਸੰਜੋਗ ਜੋਰਾ ਬਾਰ ਜੀ 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 ਹੈ ਜੀ। ਤੇ ਏਦਾਂ ਦੇ ਹੁੰਦੇ ਸੀ ਉਸ ਵੇਲੇ ਜੀ, ਕਹਿੰਦੇ ਬਹੁਤ ਵਧੀਆ ਰੌਣਕ ਲੱਗਦੀ ਸੀ। ਚਲੋ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ। ਹੈਲੋ ਹੈਲੋ, ਮੈਂ 2 ਲਾਇਓ ਸੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਮੈਂ ਗੁਰਮੇਲ ਸਿੰਘ ਧੀ ਬੋਲਦਾ ਜੀ ਸਭ ਬਹੁਤ ਬਹੁਤ ਸਵਾਗਤ ਹੈ ਜੀ ਕੀ ਕਹਿਣਾ ਚਾਹੁੰਦੇ ਕੀ ਮਾਹੌਲ ਹੁੰਦਾ ਸੀ ਉਦੋਂ ਕਿਉਂ ਹੁੰਦਾ
ਕੜਮਾਈ ਟੁੱਟ ਜਾਂਦੀ ਸੀ। ਅੱਛਾ ਜੀ। ਹਾਂਜੀ, ਉਹ ਕੜਮਾਈ ਟੁੱਟ ਜਾਂਦੀ ਸੀ ਵੀ ਇਹ ਕੁੜੀ ਨੂੰ ਦੇਖਣ ਆ ਗਿਆ ਵਿਆਹ ਤੋਂ ਪਹਿਲਾਂ ਹੀ। ਅੱਛਾ ਜੀ। ਫਿਰ ਹੌਲੀ ਹੌਲੀ ਫਿਰ ਇਹ ਰਿਵਾਜ ਚੱਲਿਆ ਕੁੜੀਆਂ ਨੂੰ ਦੇਖਣ ਦਾ, ਤੇ ਫਿਰ ਉਹ ਵੀ ਆ ਗਿਆ ਲੰਘ ਗਿਆ, ਤੇ ਹੁਣ ਕੁੜੀਆਂ ਮੁੰਡੇ ਜੁੱਤੀ ਵਾਪਸ ਲਈ। ਵਾਹ ਜੀ ਵਾਹ। ਕਿਹੜੇ ਸਾਲ? ਮੈਂ 1984 ਮੈਂ ਕੈਨੇਡਾ ਤੋਂ ਗਿਆ ਸੀ। ਅੱਛਾ ਜੀ। ਅੱਛਾ। ਤੇ ਇੱਥੇ ਰਹਿ ਕੇ ਕੰਮਾਂ ਕਾਰਾਂ ਚ ਤਾਂ ਮੈਂ ਇਹੋ ਜਿਹੇ ਰਿਵਾਜ ਮੇਰੇ ਦਿਮਾਗ ਚ ਹੈ ਨੀ ਸੀ। ਬਸ ਫਿਰ ਮੈਨੂੰ ਕਹਿੰਦੀ ਜੀਜਾ ਜੀ ਛੰਦ ਸੁਣਾਓ। ਅੱਛਾ। ਛੰਦ ਤਾਂ ਮੈਨੂੰ ਆਉਂਦੇ ਸੀ ਪਰ ਉਸ ਵੇਲੇ ਦਿਮਾਗ ਦੇ ਵਿੱਚ ਨੀ ਆਇਆ ਕਿ ਇੱਕਦਮ ਇਹਨੇ ਸਵਾਲ ਕਰ ਦੇਣਾ ਛੰਦ ਸੁਣਾਓ।
ਸੰਤਾ ਮੈਂ ਤੁਹਾਨੂੰ ਹੋਰ ਸੁਣਾ ਦਿੰਦਾ ਜੀ ਛੰਦ ਪਰਾਗੀ ਹਾਂਜੀ ਧੀਰ ਸਾਹਿਬ ਉਦੋਂ ਸੁਣਾਇਆ ਸੀ ਕਿ ਨਹੀਂ ਸੁਣਾਇਆ ਫਿਰ ਉਦੋਂ ਨਹੀਂ ਉਦੋਂ ਆਇਆ ਹੀ ਨਹੀਂ ਦਿਮਾਗ ਦੇ ਵਿੱਚ ਨਹੀਂ ਆਇਆ ਖਿਆਲ ਹੀ ਨਹੀਂ ਸੀ ਮੈਂ ਸੱਚੀ ਗੱਲ ਦੱਸਾਂ ਤੂੰ ਵੈਸੇ ਸੰਦ ਚ ਛੰਦ ਸੁਣਾਉਣ ਦਾ ਜਿਹੜਾ ਰਸਮ ਕਹਿ ਸਕਦੇ ਕਿ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ ਜਿਵੇਂ ਹਰ ਰਸਮ ਦਾ ਕੋਈ ਨਾ ਕੋਈ ਕਾਰਨ ਹੁੰਦਾ ਸੀ ਹੁਣ ਸਮੇਂ ਦੇ ਨਾਲ ਬਦਲ ਗਏ ਇਹ ਮਤਲਬ ਜਿਹੜੀਆਂ ਸਾਲੀਆਂ ਹੁੰਦੀਆਂ ਸੀ ਉਹ ਜੀਜੇ ਨੂੰ ਮਤਲਬ ਮਤਲਬ ਦੇਖਦੀਆਂ ਸੀ ਵੀ ਇਹਨੂੰ ਕਿੰਨਾ ਕੁ ਕੁਛ ਆਉਂਦਾ ਤੇ ਜਾਂ ਮਤਲਬ ਕੋਈ ਖੁਸ਼ੀ ਮਤਲਬ ਕਰਨੀ ਇਸ ਤਰ੍ਹਾਂ ਦੀ ਵੀ ਸਾਡੀ ਵਡਿਆਈ ਕਰਨ ਸਾਲੀਆਂ ਦੀ ਹਾਂਜੀ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਛੰਦ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਸਹਿਣਾ ਬਹੁਤੀ ਮੇਰੀ ਪਾਰਵਤੀ ਤੇ ਸਾਲੀ ਮੇਰਾ ਗਹਿਣਾ ਹਾਂਜੀ ਤੇ ਇਹ ਛੰਦ ਤਾਂ ਵੈਸੇ ਵਧੀਆ ਹੁੰਦੇ ਸੀ ਕਈ ਲੋਕੀ ਤਾਂ ਸਾਡੇ ਪਿੰਡ ਇੱਕ ਪੰਡਿਤ ਹੁੰਦਾ ਸੀ ਕਿਸ਼ਨਾ ਪੰਡਿਤ ਉਹ ਮੈਂ ਉਹਦੇ ਕੋਲ ਬੈਠਦਾ ਹੁੰਦਾ ਸੀ ਉਹਦੇ ਉਹ ਛੰਦ ਬਹੁਤ ਸੁਣਾਉਂਦਾ ਹੁੰਦਾ ਸੀ ਬਾਅਦ ਦੇ ਵਿੱਚ ਉਹਨੇ ਛੰਦ ਬੋਲ ਕੇ ਕਹਿਣਾ ਆਉਣਾ ਏਦਾਂ ਮਤਲਬ ਉਹਨੇ ਕੁਛ ਬੋਲਣਾ ਹਾਂਜੀ ਸਟਾਈਲ ਸੀ ਮਤਲਬ ਉਹ ਸਟਾਈਲ ਸੀ ਉਹਨਾਂ ਦਾ ਗਾਉਣ ਦਾ ਇੱਕ ਮੇਰੇ ਖਿਆਲ ਬਾਲੇ ਫਿਰ ਇਹੀ ਰੱਖਦੇ ਹੁੰਦੇ ਸੀ ਜਿਹੜਾ ਕਿ ਜਿਹੜੇ ਜ਼ਿਆਦਾਤਰ ਲੋਕ ਹੁੰਦੇ ਸੀ ਉਹ ਰੱਖਦੇ ਹੁੰਦੇ ਸੀ ਸ਼ਾਇਦ ਵੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੋਲਣਾ ਬੋਲੇ ਬਾਪੂ ਨੇ ਕਿਹਾ ਵੀ ਜ਼ਿਆਦਾ ਨਹੀਂ ਬੋਲਣਾ ਹਾਂਜੀ ਹਾਂਜੀ ਤੇ ਬੜੇ ਮਤਲਬ ਮਾਹੌਲ ਬਹੁਤ ਖੁਸ਼ੀ ਦਾ ਹੁੰਦਾ ਸੀ ਕਈ ਕਈ ਦਿਨ ਵਿਆਹ ਹੁੰਦੇ ਸੀ ਹੁਣ ਤਾਂ ਜੇ ਇੱਕ ਘਰ ਦੇ ਵਿੱਚ ਵਿਆਹ ਹੁੰਦਾ ਸੀ ਪਤਾ ਏਦਾਂ ਲੱਗਦਾ ਸੀ ਜਿਵੇਂ ਸਾਰੇ ਪਿੰਡ ਦੇ ਵਿੱਚ ਵਿਆਹ ਹੁੰਦਾ ਲਾਊਡ ਸਪੀਕਰ ਹਾਂਜੀ ਲਾਊਡ ਸਪੀਕਰ ਲੱਗੇ ਹੁੰਦੇ ਸੀ ਤੇ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਸੀ ਲੋਕਾਂ ਨੇ ਵਧਾਈਆਂ ਵੀ ਦੇਣੀਆਂ ਇੱਕ ਦੂਜੇ ਨੂੰ ਘਰ ਘਰ ਦੇ ਵਿੱਚ ਲੱਡੂ ਵੀ ਵੰਡੇ ਜਾਂਦੇ ਸੀ ਸਾਰੇ ਪਿੰਡ ਦੇ ਵਿੱਚ ਮਾਹੌਲ ਹੀ ਬੜਾ ਵਧੀਆ ਹੁੰਦਾ ਸੀ ਅੱਜ ਕੱਲ ਹੁਣ ਚਾਚੇ ਤਾਇਆਂ ਦੇ ਵਿੱਚ ਹੀ ਉੱਥੇ ਇਹੋ ਜਿਹਾ ਮਾਹੌਲ ਬਣਿਆ ਆਉਂਦਾ ਨੀ ਉਹ ਗੁੱਸੇ ਆ ਉਹਨੂੰ ਮਨਾਉਣ ਵੀ ਜਾਂ ਨਹੀਂ ਆਉਂਦੇ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਬਸ ਏਦਾਂ ਦਾ ਹੀ ਮਾਹੌਲ ਆ ਪਰ ਇਹ ਚੰਗੀ ਗੱਲ ਨੀ ਹੈਗੀ ਕਿਉਂਕਿ ਵਿਆਹ ਸ਼ਾਦੀ ਦੇ ਮਾਹੌਲ ਤੇ ਉਹਦੇ ਖੁਸ਼ੀਆਂ ਸਾਰਿਆਂ ਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਹਾਂਜੀ ਗੁਰਮੀਤ ਸਿੰਘ ਜੀ ਬੋਲੋ ਜੀ ਹਾਂਜੀ ਮੈਂ ਇਹਨਾਂ ਚਿਰ ਤੋਂ ਪੁਰਾਣਾ ਵੇਖਦਾ ਆ ਰਿਹਾ ਮੈਂ ਸਾਰਿਆਂ ਤੋਂ ਵੱਡਾ ਫੈਨ ਹੈਗਾ ਸੁਰਿੰਦਰ ਜੀ ਦਾ ਹਾਂਜੀ ਨਹੀਂ ਬਹੁਤ ਵਧੀਆ ਪੁਰਾਣੇ ਕਮਿਸ਼ਨ ਰਹੇ ਨੇ ਜੀ ਪੂਰੇ ਵਧੀਆ ਮੈਨੂੰ ਕੀ ਕਰਨਾ ਪਊਗਾ ਕੋਈ ਨੀ ਮੈਂ ਤੁਹਾਡੇ ਕੋਲ ਤੁਸੀਂ ਮੈਂ ਮੇਰੇ ਖਿਆਲ ਸ਼ੁੱਕਰ ਸ਼ਨੀਵਾਰ ਇੱਥੇ ਹੋਊਗਾ ਫ੍ਰਿਜ ਨੂੰ ਤੇ ਉੱਥੇ ਮਿਲਦੇ ਆਪਾਂ ਫਿਰ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਜੀ ਤੁਸੀਂ ਮੈਨੂੰ ਫਿਰ ਵੀ ਆਪਣਾ ਗੁਰਵੀਰ ਸਿੰਘ ਜੀ ਕਾਲ ਕਰ ਲਿਓ ਮੇਰੇ ਫੋਨ 'ਤੇ ਕਿਉਂਕਿ ਮੈਂ ਤੁਹਾਨੂੰ 2-3 ਵਾਰੀ ਕਾਲ ਕਰੀ ਹੈ ਅਸੀਂ ਉੱਥੇ ਪ੍ਰੋਗਰਾਮ ਵਗੈਰਾ ਕਰਨੇ ਸੀ ਉਹ ਲੀਕੇ ਸੀਗੇ ਅਤੇ ਤੁਸੀਂ ਫੋਨ ਚੱਕਿਆ ਨਹੀਂ ਗੁਰਮੀਤ ਸਿੰਘ ਜੀ ਮੈਨੂੰ ਕਾਲ ਕਰ ਲਿਓ ਤੁਸੀਂ ਬਾਅਦ ਦੇ ਵਿੱਚ ਅਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਫਿਰ ਮਿਲਦੇ ਵੀ ਹੈਗੇ ਹਾਂ ਗੱਲ ਇਹਨਾਂ ਨੇ ਕੀਤੀ ਜਿਵੇਂ ਸੁਰਿੰਦਰ ਸਿੰਘ ਜੀ ਜਾਂ ਸਾਡੇ ਜਿੰਨੇ ਵੀ ਕਾਲਰ ਨੇ ਜਾਂ ਸਰੋਤੇ ਦਰਸ਼ਕ ਹੈਗੇ ਨੇ ਇਹ ਇਕੱਲਾ ਇਹ ਰੋਜ਼ ਬਣਾ ਕੇ ਲਿਆਉਣਾ ਸੁਣਾਉਣਾ ਇਕੱਲਾ ਇੱਥੋਂ ਤੱਕ ਸੀਮਤ ਨਹੀਂ ਨਾਲ ਦੀ ਨਾਲ ਜਿਹੜਾ ਫੋਨ ਕਰਕੇ ਜਦੋਂ ਫੋਨ ਕਰਦੇ ਹਾਂ ਪਹਿਲਾਂ ਪ੍ਰਵਚਨ ਸੁਣਨੇ ਪੈਂਦੇ ਆ ਪਹਿਲਾਂ ਕਾਫੀ ਦੇਰ ਕੁਛ ਨੂੰ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਆਵਾਜ਼ ਘੱਟ ਰੱਖੋ ਵੱਧ ਰੱਖੋ ਜੇ ਰੱਖੋ ਵੋ ਰੱਖੋ ਤਾਂ ਉਹ ਸੁਣ ਕੇ ਫਿਰ ਹੋਲਡ ਕਰਨਾ ਪੈਂਦਾ ਫੋਨ ਤਾਂ ਫਿਰ ਸੁਣਾਉਣਾ ਪੈਂਦਾ ਸੋ ਬਹੁਤ ਧੰਨ ਹੋ ਤੁਸੀਂ ਜਿੰਨੇ ਵੀ ਸਾਡੇ ਦਰਸ਼ਕ ਹੋ ਜਿੰਨੇ ਕਾਲਰ ਹੋ ਇਹ ਸ਼ੋ ਹੀ ਕਾਲਰਾਂ ਦੇ ਸਿਰ 'ਤੇ ਚੱਲਦੇ ਨੇ ਜੇ ਕਾਲਰ ਕਾਲ ਨਾ ਕਰਨ ਤਾਂ ਅਸੀਂ ਘੰਟਾ ਹੁਣ ਕਿੱਥੋਂ ਮਗ ਸਫਾਈ ਕਰੀਏ ਮਤਲਬ ਕਿੰਨੀ ਕੁ ਕਰ ਸਕਦੇ ਵੱਧ ਤੋਂ ਵੱਧ ਤੁਹਾਡੇ ਸਿਰ 'ਤੇ ਇਹ ਸ਼ੋ ਚੱਲਦਾ ਜਿਹੜੇ ਕਾਲ ਕਰਦੇ ਨੇ ਸੋ ਬਹੁਤ ਮਿਹਰਬਾਨੀ ਸਭ ਦੀ ਕਾਲ ਕਰਨ ਵਾਲਿਆਂ ਦੀ ਵੀ ਸ਼ੋ ਦੇਖਣ ਵਾਲਿਆਂ ਦੀ ਵੀ ਅਤੇ ਨਾਲ ਦੀ ਨਾਲ ਸਾਨੂੰ ਗਾਹੇ ਵਗਾਹੇ ਜਦੋਂ ਸਲਾਹ ਦਿੰਦੇ ਹੋ ਜਦੋਂ ਜਾਈਦਾ ਜਦੋਂ ਅਸੀਂ ਫੀਲਡ ਦੇ ਵਿੱਚ ਤਾਂ ਬਹੁਤ ਚੰਗਾ ਲੱਗਦਾ ਸਭ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਜਸ ਪੰਜਾਬੀ ਨੂੰ ਪਿਛਲੇ 12-13 ਸਾਲ ਤੋਂ ਇੰਨਾ ਪਿਆਰ ਕਰ ਰਹੇ ਹੋ ਫਿਲਹਾਲ ਦੇਖ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਛੰਦ ਪਰਾਗੇ ਆਈਏ ਦੀ ਗੱਲ ਚੱਲ ਰਹੀ ਹੈ ਛੰਦ ਪਰਾਗੇ ਲੋਈ ਮੈਂ ਦੱਸਦਾ ਅਤੇ ਇਹਦੇ ਅੱਗੇ ਕੋਈ ਲਾਈਨ ਤੁਸੀਂ ਜੋੜ ਸਕੋ ਤਾਂ ਜ਼ਰੂਰ ਦੱਸਿਓ ਵੈਸੇ ਤਾਂ ਇਹਦੇ ਨਾਲ ਜਿੰਨੀਆਂ ਮਰਜ਼ੀ ਲਾਈਨਾਂ ਜੋੜ ਲਓ ਤਾਂ ਮੈਨੂੰ ਬ੍ਰੇਕ ਦੇ ਵਿੱਚ ਭੌਰਾ ਸਾਹਿਬ ਦਾ ਫੋਨ ਆਇਆ ਐੱਸ ਅਸ਼ੋਕ ਭੌਰਾ ਜੀ ਬਹੁਤ ਵਧੀਆ ਜਿਹੜੇ ਲੇਖਕ ਨੇ
ਬਹੁਤ ਰਿਸਰਚ ਹੈਗੀ ਉਹਨਾਂ ਦੀ ਵੀ ਵਿਰਸੇ ਬਾਰੇ ਸੱਭਿਆਚਾਰ ਬਾਰੇ ਅਕਸਰ ਰੇਡੀਓ ਦੇ ਉੱਪਰ ਜ਼ਿਕਰ ਕਰਦੇ ਰਹਿੰਦੇ ਨੇ ਰੇਡੀਓ ਮਿਰਚੀ 'ਤੇ ਅਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦੀ ਲੰਬੀ ਬੜੀ ਕਹਾਣੀ ਹੈਗੀ ਆ ਛੰਦਾਂ ਪਿੱਛੇ ਕਿੱਥੋਂ ਸ਼ੁਰੂ ਹੋਏ ਕਿਉਂ ਹੋਏ ਉਹ ਜ਼ਰੂਰ ਅਸੀਂ ਕਿਸੇ ਦਿਨ ਤੁਹਾਡੇ ਨਾਲ ਦੁਬਾਰਾ ਸਾਂਝੇ ਕਰਾਂਗੇ ਅੱਜ ਹੁਣ ਤੁਹਾਡੀਆਂ ਕਾਲਾਂ ਲੈਂਦੇ ਵੈਸੇ ਮੇਰੇ ਹਿਸਾਬ ਦੇ ਨਾਲ ਉਦੋਂ ਦੇਖ ਦਿਖਾਈਆ ਤਾਂ ਬਹੁਤ ਦੂਰ ਦੀ ਗੱਲ ਹੈ ਫੋਟੋ ਫੋਟੋ ਵੀ ਦੇਖੀ ਹੁੰਦੀ ਸੀ ਅਤੇ ਬੰਦੇ ਦੀ ਸ਼ਕਲ ਦਾ ਨਹੀਂ ਪਤਾ ਹੁੰਦਾ ਸੀ ਕਿਹੋ ਜਿਹੀ ਹੈ ਅਤੇ ਅਕਲ ਦਾ ਕਿੱਥੋਂ ਪਤਾ ਲੱਗਣਾ ਅਤੇ ਸ਼ਾਇਦ ਇਹ ਤੋਂ ਛੰਦ ਜਿਹੜਾ ਸੁਣਾਉਂਦਾ ਸੀ ਉੱਤੋਂ ਉਹਦੀ ਅਕਲ ਦਾ ਪਤਾ ਲੱਗ ਜਾਂਦਾ ਵੀ ਬੰਦਾ ਤੇਜ਼ ਹੈ ਮਜ਼ਾਕੀਆ ਸੁਭਾਅ ਦਾ ਜਾਂ ਫਿਰ ਠੰਡੇ ਸੁਭਾਅ ਦਾ ਮਾਂ ਜੇ ਤਾਂ ਸੱਸ ਸਹੁਰੇ ਤਾਰੀਫ ਕਰਦਾ ਤਾਂ ਫਿਰ ਚੰਗੇ ਸੁਭਾਅ ਦਾ ਅਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਇਹ ਤੁਹਾਡੇ ਨਾਲ ਕਰਦੇ ਹਾਂ ਹੈਲੋ 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 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈਨ ਸਾਹਿਬ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਬਹੁਤ ਕਿਰਪਾ ਮੈਂ ਤੁਹਾਡੇ ਤੇ ਬਹੁਤ ਕਿਰਪਾ ਹੈ ਪਰਮੇਸ਼ਰ ਦੀ ਤੁਸੀਂ ਆਲ ਰਾਊਂਡ ਆਰਟਿਸਟ ਹੋ ਟੀਵੀ ਦੇ ਬਹੁਤ ਮਿਹਰਬਾਨੀ ਜੀ ਪਰਮਾਤਮਾ ਦਾ ਤੁਹਾਡੇ ਮਾਂ ਦੀ ਕਿਰਪਾ ਕਰ ਮੈਂ ਬੇਨਤੀ ਕਰਨੀ ਸੀ ਮੈਂ ਛੰਦ ਦੀ ਗੱਲ ਤੁਸੀਂ ਛੰਦਾਂ ਹੀ ਚੱਲਦੀ ਨੇ ਮੈਂ ਉਹ ਦੱਸਣੀ ਤੁਹਾਨੂੰ ਜੀ ਜ਼ਰੂਰ ਦੱਸੋ ਤੁਸੀਂ ਲਾਈਵ ਆਉਂਦੇ ਹੋ ਹਾਂਜੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਵਿਆਹੁਣ ਵਾਸਤੇ ਗਏ ਨਾ ਫਿਰ ਗਏ ਮੁਕਲਾਵਾ ਲੈਣ ਮਾਤਾ ਜੀ ਦਾ ਹਾਂਜੀ ਮਾਤਾ ਗੰਗਾ ਜੀ ਦਾ ਤੇ ਉਹਨਾਂ ਦੇ ਵੱਡੇ ਭੈਣ ਜੀ ਮਾਤਾ ਗੰਗਾ ਜੀ ਦੇ ਹਰਿਆ ਅੱਛਾ ਜੀ ਵਾਹ ਜੀ ਵਾਹ ਜੀ ਹਾਂ ਤੇ ਉਹਨਾਂ ਨੇ ਗੁਰੂ ਸਾਹਿਬਾਂ ਨੂੰ ਕਿਹਾ ਵੀ ਸਾਨੂੰ ਛੰਦ ਸੁਣਾਓ ਅੱਛਾ ਜੀ ਤੇ ਮਹਾਰਾਜ ਨੇ ਸੁਣੇ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਆਉਂਦੀ ਹੈ ਪੁਨੇ ਬਾਣੀ ਗੁਰੂ ਅਰਜਨ ਦੇਵ ਜੀ ਅੱਛਾ ਜੀ ਉਹ ਛੰਦ ਬਾਣੀ ਹੈ ਉਹਦੇ ਵਿੱਚ ਸਤਿਗੁਰਾਂ ਤੋਂ ਛੰਦ ਸੁਣਾਏ ਨੈਣ ਨਾ ਦੇਖੇ ਸਾਹਿਬ ਤੇ ਨੈਣ ਬਿਹਾਲਿਆ ਕਰਨ ਸੁਣੀ ਨਾਦ ਕਰਨ ਨੂੰ ਬਿਕਾ ਲਿਆ ਰਸਨਾ ਜਪੇ ਨਨਾਨ ਤਿਲ ਤਿਲ ਕਰ ਕੱਟੀ ਹਰਿਆਣ ਜਾਂ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਵਾਹ ਜੀ ਵਾਹ ਜੀ ਵਾਹ ਇਸ ਤਰ੍ਹਾਂ ਮਹਾਰਾਜ ਨੇ ਛੰਦ ਬਾਣੀ ਉਚਾਰਨ ਕੀਤੀ ਮੈਂ ਕਿਉਂਕਿ ਹਾਂ ਇਹ ਪੋਹ ਦਾ ਮਹੀਨਾ ਹੈ ਕਿਉਂਕਿ ਪੋਹ ਦਾ ਮਹੀਨਾ ਇਤਿਹਾਸਕ ਮਹੀਨਾ ਹੈ ਜੀ ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤੁਸੀਂ ਬਹੁਤ ਪਹਿਲੀ ਵਾਰੀ ਫੋਨ ਕੀਤਾ ਮੈਂ ਤੁਹਾਨੂੰ ਤੁਹਾਡੇ ਨਾਲ ਚ ਲਿਆਂਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਬਾਣੀ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਪੋਹ ਦੇ ਮਹੀਨੇ ਦੀ ਇਹਨਾਂ ਨੇ ਗੱਲ ਕੀਤੀ ਆ ਪੋਹ ਦੇ ਮਹੀਨੇ ਦਾ ਅਸੀਂ ਜ਼ਿਕਰ ਜ਼ਰੂਰ ਕਰੀਦਾ ਪੋਹ ਦਾ ਮਹੀਨਾ ਕੋਈ ਵੀ ਨਹੀਂ ਭੁੱਲ ਸਕਦਾ ਚਾਹੇ ਕੋਈ ਬੰਦਾ ਕਿੰਨਾ ਨਾਸਤਕ ਤੋਂ ਨਾਸਤਕ ਵੀ ਕਿਉਂ ਨਾ ਹੋਵੇ ਜੋ ਸਾਡੇ ਸਿੱਖ ਇਤਿਹਾਸ 'ਤੇ ਵਾਪਰਿਆ ਚਲੋ ਅੱਜ ਆਪਾਂ ਥੋੜ੍ਹੀ ਗੱਲ ਜਿਹੜੀ ਛੰਦ ਪਰਾਗੇ ਦੀ ਕਰਦੇ ਹਾਂ ਅੱਗੇ ਕੀ ਕਹਿੰਦੇ ਹੈਲੋ ਹੈਲੋ ਵੀ ਜੰਗੀ ਸਾਹਿਬ ਹਾਂਜੀ ਹਾਂਜੀ ਪੈਰੀ ਪਿੰਡਾਂ ਜੀ ਕੀ ਹਾਲ ਚਾਲ ਆ ਜੀ ਕਿਉਂਦਾ ਵਾਧਾ ਵਾ ਤੇ ਲੰਬੀਆਂ ਉਮਰਾਂ ਹੋਣ ਤੇ ਬਹੁਤ ਵਧੀਆ ਹਾਲ ਆ ਬੈਠੇ ਆ ਥੋੜਾ ਸ਼ੋ ਦੇਖਦੇ ਆ ਤੇ ਇੱਕ ਇੱਕ ਹੁਣ ਥੋੜੇ ਕੋਲ ਟਾਈਮ ਵੀ ਬਹੁਤ ਘੱਟ ਹੁੰਦਾ ਤੇ ਤੁਸੀਂ ਬਰੀਕਾਂ ਵੀ ਲੈਣੀਆਂ ਹੈ ਨਾ ਜੀ ਦੱਸੋ ਤੁਸੀਂ ਸੁਣਾਓ ਦੱਸੋ ਕੀ ਸੁਣਾਉਣਾ ਹਾਂਜੀ ਤੇ ਫਿਰ ਜਿਹੜੇ ਛੰਗ ਛੰਦ ਹੁੰਦੇ ਸੀ ਨਾ ਬਹੁਤ ਕੁਛ ਹੁੰਦਾ ਸੀ ਪ੍ਰਾਹੁਣਾ ਦੇ ਥੱਲੇ ਪ੍ਰਾਹੁਣਾ ਦੇ ਮੰਜਾ ਡਾਂਦੇ ਤੇ ਰੱਸੇ ਬਣਾ ਕੇ ਥੋੜੇ ਜਿਹਾ ਤੇ ਪ੍ਰਾਹੁਣਾ ਡਿੱਗ ਪੈਂਦਾ ਜੁੱਤੀ ਵਾਲਾ ਵੀ ਹੈ ਸਾਰੇ ਰਿਵਾਜ਼ ਦੇ ਰੀਤੀ ਰਿਵਾਜ਼ ਹੁੰਦੇ ਸੀ ਤੇ ਫਿਰ ਸਿੱਠਣੀਆਂ ਵੀ ਦਿੰਦੇ ਹੁੰਦੇ ਆ ਹੈ ਮੇਰੀ ਕੁੜੀ ਦਾ ਅਸੀਂ ਇੱਕ ਦਾ ਵਿਆਹ ਕਰੇ ਕੀਤਾ ਦੂਜਿਆਂ ਦੇ ਪੈਲਸ ਦੇ ਤੇ ਫੇਰ ਛਾਂਦੇ ਹੁੰਦੇ ਸੀ ਤੇ ਜਾਮੀ ਬੰਨਦੇ ਹੁੰਦੇ ਸੀ ਉਦੋਂ ਤੇ ਕੁੜੀ ਦੀ ਕੁੜੀ ਨੂੰ ਪੱਟਾ ਵੀ ਕੱਢ ਕੇ ਭੇਜਦੇ ਹੁੰਦੇ ਸੀ ਤੇ ਜੰਨ ਅਸੀਂ ਵੀ ਫਿਰ ਛਡਾਉਂਦੇ ਹੁੰਦੇ ਸੀ ਤੇ ਜੰਨ ਬੰਨਣੀ ਕੁੜੀ ਨੇ ਤੇ ਉਧਰੋਂ ਜੰਨ ਛਡਾਉਣਾ ਨੀ ਅਸੀਂ ਛੰਦ ਛਡਾਉਣੇ ਆ ਤੇ ਬੰਨਣ ਤਾਂ ਮੈਂ ਕੀਤਾ ਸੀ ਇੱਕ ਅੱਧੇ ਵਾਰੀ ਪ੍ਰੋਗਰਾਮ ਦੁਆਰਾ ਫਿਰ ਲੈ ਕੇ ਆਊਂਗਾ ਹਾਂਜੀ 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 ਕਰਦੇ ਨੀ ਤੇ ਫਿਰ ਜੇ ਟੱਪੇ ਵੀ ਹੈਗੇ ਚੱਬ ਚੱਬ ਵੀ ਲਾੜਿਆ ਮਹੀਨਾ ਪਹਿਲਾਂ ਗੀਤ ਗਾਉਂਦੇ ਆਉਂਦੇ ਸੀ ਤੇ ਫਿਰ ਜਦੋਂ ਫਿਰ ਕੁੜੀ ਦਾ ਬਾਗ ਟੋਲ ਜਾਂਦੇ ਸੀ ਹੱਥ ਪਾੜ ਸੋਟੀ ਬਾਬਾ ਗੱਜ ਕਰ ਧੋਤੀ ਬੀਬੀ ਦਾ ਬਾਗ ਟੋਲ ਜਾਣਾ ਸਮਜੀਤ ਸਿੰਘ ਜੀ ਕੀ ਵਿਚਾਰ ਨੇ ਕਿਹੜਾ ਛੰਦ ਸੁਣਾਇਆ ਸੀ ਯਾਦ ਆਇਆ ਕਿਉਂਕਿ ਨਹੀਂ ਸੁਣਾਉਣ ਦੀ ਮੈਨੂੰ ਨੌਬਤ ਆਈ ਛੰਦ ਤਾਂ ਨਹੀਂ ਯਾਦ ਆ ਪਰ ਜੰਗੇ ਛੋਟੇ ਛੋਟੇ ਜਦੋਂ ਜਾਂਦੇ ਸੀਗੇ ਉਦੋਂ ਡੇਢ ਕੁ ਮਹੀਨਾ ਪਹਿਲਾਂ ਕਿੰਨੀ ਖੰਡ ਲੱਗਦੀ ਕਿੰਨਾ ਆਟਾ ਲੱਗਦਾ ਸਿੱਧਾ ਠੇਕਾ ਹੁੰਦਾ ਉਹ ਖਾਣਾ ਵੀ ਹਲਕੀ ਹੁੰਦਾ ਸੀਗਾ ਹੁਣ ਤੁਸੀਂ ਲਾ ਲਓ ਜਿਹੜਾ ਖਾਣਾ ਵੀ ਹੈ ਨਾ
ਉੱਥੇ ਦਾ ਕੋਈ ਉਹ ਜਿਹੜਾ ਹੋਟਲਾਂ ਹੋਟਲਾਂ ਦਾ ਉਹ ਕਿਸੇ ਕੰਮ ਦਾ ਨਹੀਂ ਹੈਗਾ। ਬਿਲਕੁਲ 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 ਖਾਈ ਨਹੀਂ ਹੁੰਦਾ ਇਹੋ ਜਿਹੇ ਮਸਾਲੇ ਪਾਏ ਹੁੰਦੇ, ਲਾਲ ਕੀਤਾ ਪਿਆ ਹੁੰਦਾ ਜਿਵੇਂ ਗੁਸਾ। ਪਿਛਲੇ ਸਾਲ ਅਸੀਂ ਤਕਰੀਬਨ 60 ਜਾਣੇ ਕਰੀਬ ਸੀਗੇ ਇੱਧਰੋਂ, ਮੈਂ ਕੱਟ ਗਿਆ ਉਹ ਇੱਕ ਵਿਆਹ ਸੀਗਾ ਬਹੁਤ ਤਕੜਾ, ਜਿਨ੍ਹਾਂ ਨੇ ਵੀ ਉਦਣ ਹਨਾ ਵਿਆਹ ਦੀ ਰੋਟੀ ਰੁਟੀ ਖਾਧੀ ਦੂਜੇ ਦਿਨ ਸਾਰੇ ਜੀ ਬਿਮਾਰ ਹੋਏ। ਚਲੋ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਮਨਜੀਤ ਸਿੰਘ ਜੀ, ਬ੍ਰੇਕ ਲੈਣੀ ਪੈਣੀ ਹੈ। ਪਰ ਮੁੱਖ ਦੀ ਗੱਲ ਇਹ ਹੈ ਵੀ ਜਿਹੜੇ ਸ਼ਾਂਤ ਪੁਰਾਗੇ ਹੈਗੇ ਉਹ ਕੋਈ ਨਾ ਕੋਈ ਰੀਜ਼ਨ ਸੀ ਹਰ ਰਸਮ ਦੇ ਪਿੱਛੇ। ਅਤੇ ਆਪਾਂ ਗੱਲਾਂ ਬਾਤਾਂ ਇਸ ਤਰ੍ਹਾਂ ਕਰਦੇ ਰਹੋ, ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸਟ ਪੰਜਾਬੀ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਅਤੇ ਕਾਲਾਂ ਦਾ ਸਿਲਸਿਲਾ ਹੁਣ ਅੱਗੇ ਨਹੀਂ ਤੋਰ ਹੋਣਾ ਕਿਉਂਕਿ ਸਮਾਂ ਜਿਹੜਾ ਸਮਾਪਤ ਹੋ ਗਿਆ। ਮੈਂ ਮੁਆਫ਼ੀ ਚਾਹੁੰਦਾ ਜਿਹੜੀਆਂ ਕਾਲਾਂ ਲਾਈਨਾਂ ਫਲੈਸ਼ ਕਰ ਰਹੀਆਂ ਨੇ। ਅਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਸਾਡੇ ਦਰਸ਼ਕਾਂ ਨੂੰ, ਸਾਡੇ ਜਿਵੇਂ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ ਸਾਡੇ ਜਸ ਪੰਜਾਬੀ ਦੇ, ਤੁਸੀਂ ਦੇਖਦੇ ਹੋ ਉਹਦੇ 'ਚ ਕਈ ਪੇਡ ਪ੍ਰੋਗਰਾਮ ਨੇ, ਪੇਡ ਤੋਂ ਭਾਵ ਬਿਜ਼ਨਸ ਪ੍ਰਮੋਸ਼ਨ ਵਾਲੇ ਪ੍ਰੋਗਰਾਮ ਨੇ, ਜਾਂ ਤੁਸੀਂ ਆਪਣੀ ਸਟੋਰੀ ਕੋਈ ਜਿਹੜੀ ਕਰਨੀ ਚਾਹੁੰਦੇ ਉਹ ਹੈਗੇ ਨੇ, ਜਿਵੇਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਹੈਗਾ ਪ੍ਰੋਗਰਾਮ, ਬਿਜ਼ਨਸ ਆਫ ਦਾ ਵੀਕ ਹੈਗਾ, ਜਾਂ ਮੈਂ ਇੱਥੋਂ ਦੋ ਪ੍ਰੋਗਰਾਮ ਕਰਦਾ, ਇੱਕ ਬਿਕਰ ਬਾਦਸ਼ਾਹ ਕਰਦਾ ਜੋ ਕਿ ਰੈਸਟੋਰੈਂਟਾਂ ਵਿੱਚ, ਮਤਲਬ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੈ ਤਾਂ ਬਿਕਰ ਬਾਦਸ਼ਾਹ ਤੋਂ ਪੂਰੀ ਦੁਨੀਆ ਦੇ ਵਿੱਚ ਕਨੈਕਟਰ ਸਟੈਬਲਿਸ਼ ਹੈਗਾ। ਜਾਂ ਫਿਰ ਅਸੀਂ ਕਰੀਦਾ ਟਰੱਕ ਸ਼ੋ, ਦਾ ਟਰੱਕ ਸ਼ੋ ਮਾਈਲਸ ਐਂਡ ਸਟਾਈਲ, ਜੋ ਕਿ ਟਰੱਕ ਇੰਡਸਟਰੀ ਦੇ ਨਾਲ ਸੰਬੰਧਿਤ ਸ਼ੋ ਹੈਗਾ, ਤੁਸੀਂ ਪਸੰਦ ਬਹੁਤ ਕਰਦੇ ਹੋ। ਸੋ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਕਰਾਉਣਾ ਚਾਹੁੰਦੇ ਹੋ ਤਾਂ ਬਾਕੀ ਮੈਂ ਦੱਸ ਦੇਵਾਂ ਕਿ ਅਸੀਂ ਸ਼ੁੱਕਰਵਾਰ ਤਾਂ ਸ਼ਨੀਵਾਰ ਸ਼ਾਇਦ ਇੱਥੇ ਫ੍ਰਿਜ ਨੂੰ ਹੋਵਾਂਗੇ, ਉੱਥੇ ਕੋਈ ਪ੍ਰੋਗਰਾਮ ਵਗੈਰਾ ਕੋਈ ਕਰਾਉਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਕੋਈ ਐਡ ਵਗੈਰਾ ਦੀ ਗੱਲ ਕਰਨੀ, ਜਾਂ ਫਿਰ ਕੋਈ ਵੈਸੇ ਖਬਰ ਖੁਬਰ ਦੇਣੀ ਹੈ, ਜਾਂ ਨਵੇਂ ਸਾਲ ਦੀਆਂ ਵਧਾਈਆਂ ਦੇਣੀਆਂ, ਤਾਂ ਮੈਨੂੰ ਜ਼ਰੂਰ ਤੁਸੀਂ ਫੋਨ ਕਰ ਲਓ 209-450-3312 'ਤੇ, ਜਾਂ ਈਮੇਲ ਕਰ ਲਓ jaggi@jasbroadcasting.com, ਜਾਂ ਫਿਰ info@jasbroadcasting.com 'ਤੇ ਈਮੇਲ ਕਰ ਲਓ, ਅਤੇ ਆਪਾਂ ਮਿਲਦੇ ਹਾਂ। ਕਿਉਂਕਿ ਸਾਡਾ ਹੁਣ ਜਿਹੜਾ ਕੰਮ ਹੈਗਾ, ਸਾਡੀ ਕੋਸ਼ਿਸ਼ ਹੈਗੀ ਆ ਵੀ ਅਸੀਂ ਸ਼ੋਅ ਜਿਹੜੇ ਹਫ਼ਤੇ ਦੇ ਇੱਕ ਦੋ ਜ਼ਰੂਰ ਬਾਹਰ ਪਬਲਿਕ ਦੇ ਵਿੱਚ ਜਾ ਕੇ ਕਰਿਆ ਕਰੀਏ, ਕਿਉਂਕਿ ਇਸ ਚੀਜ਼ ਨੂੰ ਤੁਸੀਂ ਪਸੰਦ ਬਹੁਤ ਕਰਦੇ ਹੋ, ਇੱਕ ਵਰਾਇਟੀ ਮਿਲ ਜਾਂਦੀ ਹੈ, ਇੱਕ ਥੋੜ੍ਹਾ ਜਿਹਾ ਵੱਖਰਾਪਨ ਮਿਲ ਜਾਂਦਾ। ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਪਸੰਦ ਆਇਆ ਹੋਊਗਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।